जेड़े खांदे साडे किसानां दा वा ते गलाश दे जा के दिल्ली दरबार दे विच आ मोदी सामने जिन्हां ने अपनियां मंगा रखियां कि असीं मोदी साहब तुहाडे नाल सहमत आ, अज इन्हां तिन्नां दी रज के क्लास लगूगी। पहला तो हंसराज, फिर सनी देओल, देओल नहीं सनी भरजाई कह सकते ओनू, ते तीजा दलेर मेहंदी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਕੇਂਦਰ ਸਰਕਾਰ ਵੱਲੋਂ ਜੋ ਕਾਲੇ ਕਾਨੂੰਨ ਪਾਸ ਕੀਤੇ ਗਏ ਨੇ, ਉਹਨਾਂ ਆਰਡੀਨੈਂਸ ਖਿਲਾਫ ਗਾਇਕਾਂ ਐਕਟਰਾਂ ਤੋਂ ਲੈ ਕੇ ਸਿਆਸੀ ਧਿਰਾਂ ਤੱਕ ਮਜ਼ਦੂਰਾਂ, ਕਿਸਾਨਾਂ ਅਤੇ ਆੜਤੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੜਕਾਂ ਉੱਤੇ ਨਿਤਰ ਆਈਆਂ ਨੇ, ਪਰ ਅਜੇ ਵੀ ਕੁਝ ਅਜਿਹੇ ਚਿਹਰੇ ਹੈ ਨੇ ਜੋ ਕੇਂਦਰ ਦੇ ਬੁੱਕਲ ਵਿੱਚ ਲੁਕੇ ਬੈਠੇ ਨੇ ਅਤੇ ਉਹਨਾਂ ਦੇ ਹੱਥ ਠੋਕੇ ਬਣ ਕੇ ਦਿਖਾ ਰਹੇ ਨੇ ਆਪਣੀ ਅਸਲੀਅਤ ਪੂਰੇ ਪੰਜਾਬ ਨੂੰ। ਫਿਰ ਗੱਲ ਚਾਹੇ ਸਨੀ ਦਿਓਲ ਦੀ ਹੋਵੇ, ਹੰਸਰਾਜ ਹੰਸ ਦੀ ਹੋਵੇ, ਜਾਂ ਦਲੇਰ ਮਹਿੰਦੀ ਦੀ, ਇਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਨਾਮ ਦੇ ਉੱਤੇ ਉਹ ਧੱਬੇ ਨੇ, ਉਹ ਕਠਪੁਤਲੀਆਂ ਨੇ ਜਿਸ ਦੀਆਂ ਡੋਰਾਂ ਮੋਦੀ ਸਰਕਾਰ ਦੇ ਹੱਥ ਵਿੱਚ ਨੇ ਅਤੇ ਇਹ ਜਿੱਦਾਂ ਚਾਹਣ ਉਦਾਂ ਨਚਾ ਸਕਦੇ ਨੇ ਇਹਨਾਂ ਕਠਪੁਤਲੀਆਂ ਨੂੰ। ਆਓ ਮਾਰਦੇ ਹਾਂ ਇੱਕ ਨਜ਼ਰ ਕਿ ਲਾਲੀ ਪਟਾਲਾ ਇਸ 'ਤੇ ਕੀ ਕਹਿ ਰਹੇ ਨੇ। ਬਾਈ, ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਨਾ, ਬਾਂਦਰ ਕੀ ਜਾਣੇ ਅਦਰਕ ਦਾ ਸਵਾਦ, ਅੱਜ ਗੱਲ ਸਾਹਮਣੇ ਆਈ ਆ। ਮੇਰੇ ਕਿਸਾਨ ਵੀਰ ਭੈਣ ਭਰਾਵੋ, ਜਿੱਥੇ ਜਿੱਥੇ ਵੀ ਮੇਰੀ ਇਹ ਵੀਡੀਓ ਸੁਣਦੇ ਆ ਨਾ, ਦੱਬ ਕੇ ਸ਼ੇਅਰ ਕਰਿਓ। ਆਹ ਤਿੰਨਾਂ ਬੰਦਿਆਂ ਦੀ ਅੱਜ ਰੱਜ ਕੇ ਕਲਾਸ ਲਾਉਣੀ ਆ ਕਿ ਜਿਹੜੇ ਖਾਂਦੇ ਸਾਡੇ ਕਿਸਾਨਾਂ ਦਾ ਵਾ ਅਤੇ ਗਲਾਸ਼ ਦੇ ਜਾ ਕੇ ਦਿੱਲੀ ਦਰਬਾਰ ਦੇ ਵਿੱਚ ਆ ਮੋਦੀ ਸਾਹਮਣੇ, ਜਿਨ੍ਹਾਂ ਨੇ ਆਪਣੀਆਂ ਮੰਗਾਂ ਰੱਖੀਆਂ ਕਿ ਅਸੀਂ ਮੋਦੀ ਸਾਹਿਬ ਤੁਹਾਡੇ ਨਾਲ ਸਹਿਮਤ ਹਾਂ, ਅੱਜ ਇਹਨਾਂ ਤਿੰਨਾਂ ਦੀ ਰੱਜ ਕੇ ਕਲਾਸ ਲੱਗੂਗੀ। ਪਹਿਲਾਂ ਤਾਂ ਹੰਸਰਾਜ, ਫਿਰ ਸਨੀ ਦਿਓਲ, ਦਿਓਲ ਨਹੀਂ ਸਨੀ ਭਰਜਾਈ ਕਹਿ ਸਕਦੇ ਉਹਨੂੰ, ਅਤੇ ਤੀਜਾ ਦਲੇਰ ਮਹਿੰਦੀ। ਸਭ ਤੋਂ ਪਹਿਲਾਂ ਮੈਂ ਆਪਣੇ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਵੀ ਇੱਕ ਕਿਸਾਨ ਦਾ ਪੁੱਤ ਹਾਂ, ਮੈਨੂੰ ਵੀ ਉਸ ਪੰਜਾਬ ਦੇ ਕਿਸਾਨਾਂ ਦਾ ਬਹੁਤ ਦੁੱਖ ਆ ਕਿ ਵੀਰੋ, ਸਾਡੇ ਬਜ਼ੁਰਗਾਂ ਨੇ ਪੁਰਾਣੇ ਸਮਿਆਂ ਤੋਂ ਪੰਜਾਬ ਦੀ ਧਰਤੀ ਨੂੰ ਵਾਹ ਕੇ ਕਣਕ ਉਗਾਈ, ਝੋਨਾ ਉਗਾਇਆ, ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਆਪਣਾ ਪਰਿਵਾਰ ਪਾਲਿਆ। ਉਹ ਸੋਚ ਕੇ ਵੇਖੋ, ਜਦੋਂ ਟਰੈਕਟਰ ਨਹੀਂ ਸੀ ਹੁੰਦੇ, ਜਦੋਂ ਮਸ਼ੀਨਰੀ ਨਹੀਂ ਸੀ ਹੁੰਦੀ, ਤਾਂ ਸਾਡੇ ਬਜ਼ੁਰਗਾਂ ਨੇ ਢੱਗਿਆਂ ਦੇ ਨਾਲ ਜ਼ਮੀਨਾਂ ਨੂੰ ਵਾਹ ਵਾਹ ਕੇ, ਟਿੱਬਿਆਂ ਨੂੰ ਵਾਹ ਵਾਹ ਕੇ, ਪੱਖੜਿਆਂ ਵਾਲੀਆਂ ਜ਼ਮੀਨਾਂ ਨੂੰ ਵਾਹ ਵਾਹ ਕੇ, ਰੇਤਲੀਆਂ ਜ਼ਮੀਨਾਂ ਨੂੰ ਵਾਹ ਵਾਹ ਕੇ ਪੱਧਰੀਆਂ ਕਰਕੇ ਉਪਜਾਊ ਬਣਾਇਆ। ਉਹ ਜਦੋਂ ਕੰਬਾਈਨਾਂ ਨਹੀਂ ਸੀ, ਜਦੋਂ ਮਸ਼ੀਨਾਂ ਨਹੀਂ ਸੀ, ਫਲਿਆਂ ਦੇ ਨਾਲ, ਢੱਗਿਆਂ ਦੇ ਨਾਲ ਫਲੇ ਵਾਹੁੰਦੇ ਰਹੇ ਅਤੇ ਆਪਣੇ ਆਪਣੇ ਪਰਿਵਾਰਾਂ ਨੂੰ ਪਾਲਦੇ ਰਹੇ। ਅੱਜ ਜਦੋਂ ਸੁੱਖ ਵੇਖਣ ਦਾ ਟਾਈਮ ਆਇਆ ਤਾਂ ਸਰਕਾਰ ਨੇ ਇੱਕ ਕਾਨੂੰਨ ਬਣਾ ਤਾ, MSP ਕਾਨੂੰਨ ਆ ਦੋਸਤੋ। ਇਹ ਕਾਨੂੰਨ ਐਡਾ ਕੁ ਭਿਆਨਕ ਆ ਕਿ ਜਿਨ੍ਹਾਂ ਨੂੰ ਨਹੀਂ ਪਤਾ, ਜੇ ਸੁਣ ਲਿਓ ਤਾਂ ਸ਼ੇਅਰ ਵੀ ਕਰ ਦਿਓ। ਆਹ ਤਿੰਨਾਂ ਬਾਂਦਰਾਂ ਦੀ ਕਲਾਸ ਲੱਗਣੀ ਆ ਇਹਨਾਂ 'ਤੇ ਪੂਰਾ। ਅੱਜ ਮੈਨੂੰ ਗੁੱਸਾ ਵਾ ਕਿ ਜਿਹੜੀ ਇਹਨਾਂ ਮੋਦੀ ਸਾਹਿਬ, ਜੇ ਚੰਗਾ ਕੰਮ ਹੁੰਦਾ ਅਸੀਂ ਵੀ ਸਪੋਰਟ ਕਰਦੇ, ਜਿਹੜੀ ਇਹਨਾਂ ਮੋਦੀ ਨੂੰ ਸਪੋਰਟ ਕੀਤੀ ਬਹੁਤ ਮਾੜਾ ਕੀਤਾ। ਇਸ ਕਾਨੂੰਨ ਦੇ ਤਹਿਤ ਜਿਹੜੀਆਂ ਅਸੀਂ ਜਿਣਸਾਂ ਬੀਜਦੇ ਹਾਂ ਜਾਂ ਵੇਚਦੇ ਹਾਂ ਉਹ ਪ੍ਰਾਈਵੇਟ ਹੋਣ ਜਾ ਰਹੀਆਂ ਦੋਸਤੋ। ਅੱਜ ਰੇਟ ਸਾਨੂੰ ਚੰਗੇ ਮਿਲਣਗੇ, ਉਸ ਤੋਂ ਬਾਅਦ ਉਹ ਆਪਣੀ ਮਨ ਮਰਜ਼ੀ ਦੇ ਨਾਲ ਕਣਕ, ਝੋਨਾ ਭਾਵੇਂ ਜਿੰਨਾ ਮਰਜ਼ੀ ਸਸਤਾ ਲੈਣ, ਕਦੀ ਵੀ ਅਸੀਂ ਉਹਨਾਂ ਉੱਤੇ ਕੋਈ ਦਾਅਵਾ ਨਹੀਂ ਕਰ ਸਕਦੇ, ਕੋਈ ਉਹਨਾਂ ਦੇ ਪਰਚਾ ਨਹੀਂ ਕਰ ਸਕਦੇ। ਪਹਿਲਾਂ ਸਾਨੂੰ ਸਰਕਾਰੀ ਰੇਟ 'ਤੇ ਇਹ ਚੀਜ਼ਾਂ ਮਿਲਦੀਆਂ ਸੀਗੀਆਂ, ਹੈ ਨਾ, ਅਤੇ ਅਸੀਂ ਸਰਕਾਰ ਨੂੰ ਕਹਿ ਦਿੰਦੇ ਸੀਗੇ। ਅਤੇ ਦੋਸਤੋ, ਜਿੱਦਣ ਇਹ ਕਾਨੂੰਨ ਆ ਗਿਆ ਨਾ, ਤੁਹਾਨੂੰ ਇਹ ਨਹੀਂ ਪਤਾ ਇਹ ਕਾਨੂੰਨ ਹੈ ਕੀ ਆ, ਅਸਲ ਸਰਕਾਰ ਚਾਹੁੰਦੀ ਕੀ ਆ, ਅਸਲ 'ਚ ਮੋਦੀ ਚਾਹੁੰਦਾ ਕੀ ਆ। ਅਸਲੀ ਕਹਾਣੀ ਇਹ ਆ ਦੋਸਤੋ ਕਿ ਮੇਰੇ ਪੰਜਾਬ ਵਿੱਚ ਜਿਹੜੀ ਖੁਸ਼ਹਾਲੀ ਆ, ਹਰਿਆਲੀ ਆ, ਕਣਕ ਝੋਨਾ ਉੱਗਦਾ ਵਾ, ਮੋਦੀ ਸਾਹਿਬ ਇਹਨਾਂ ਚੀਜ਼ਾਂ ਨੂੰ ਖਤਮ ਕਰਕੇ ਅਤੇ ਬਾਕੀ ਸਟੇਟਾਂ ਵਾਂਗੂ ਬਾਈ ਜੀ ਇੱਥੇ ਕਾਰਖਾਨੇ ਲਾਊਗਾ, ਇਹੋ ਜਿਹੇ ਕਾਰਖਾਨੇ, ਟਾਇਰਾਂ ਦੇ ਕਾਰਖਾਨੇ, ਦਵਾਈਆਂ ਦੇ ਕਾਰਖਾਨੇ, ਇਹੋ ਜਿਹੀਆਂ ਜ਼ਹਿਰੀਲੀਆਂ ਚੀਜ਼ਾਂ ਪੈਦਾ ਕਰੂਗਾ ਕਿ ਸਾਡੀਆਂ ਪੰਜਾਬ ਦੀਆਂ ਨਸਲਾਂ ਖਤਮ ਹੋ ਜਾਣਗੀਆਂ। ਅੱਜ ਤੁਹਾਨੂੰ ਚੰਗਾ ਲੱਗਦਾ ਹੋਊਗਾ ਕਿ ਮੋਦੀ ਸਾਹਿਬ ਬਹੁਤ ਵਧੀਆ ਕਰਨ ਜਾ ਰਿਹਾ। ਸੋਚ ਕੇ ਵੇਖੋ, ਪੁਰਾਣੇ ਟਾਈਮਾਂ ਦੇ ਵਿੱਚ ਪਹਿਲਾਂ ਨੋਟਬੰਦੀ ਹੋਈ, ਉਸ ਟਾਈਮ ਜਿੰਨੇ ਵੀ ਵਪਾਰੀ ਮਾਰੇ ਗਏ, ਸ਼ਹਿਰ ਵਾਲੇ ਦੁਕਾਨਾਂ ਵਾਲੇ ਮਾਰੇ ਗਏ, ਅੱਜ ਵੀ ਉਹਦੇ ਅੰਨੇ ਭਗਤ ਉਹਦੀ ਸਪੋਰਟ ਕਰ ਰਹੇ ਆ। ਜੇ ਮੋਦੀ ਸਾਹਿਬ ਕੋਈ ਚੰਗਾ ਕੰਮ ਕਰਦਾ ਤਾਂ ਅਸੀਂ ਵੀ ਸਪੋਰਟ ਕਰਦੇ, ਪਰ ਅੱਜ ਗੱਲ ਕਰਦਾ ਕਿਸਾਨਾਂ ਦੇ ਹੱਕਾਂ ਦੀ। ਮੇਰਾ ਵੀ ਬਾਪ ਕਿਸਾਨ ਸੀਗਾ, ਉਹ ਵੀ ਇੱਕ ਕਰਜ਼ਾਈ ਕਿਸਾਨ ਸੀਗਾ। ਮੇਰੇ ਦਾਦੇ ਨੇ, ਮੇਰੇ ਪਿਓ ਨੇ ਉਹਨਾਂ ਜ਼ਮੀਨਾਂ ਨੂੰ ਵਾਹ ਕੇ ਔਖਿਆਂ ਸੌਖਿਆਂ ਹੋ ਕੇ ਸਾਨੂੰ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਭੇਜਿਆ, ਅਤੇ ਅੱਜ
उस किसान के गल में फांसी का रस्सा पैन जा रहा। वो सोच के वेखो दोस्तों किन्ने किसान हर साल फाह लैके मरते आ ते उन्हां दे कर्जे नहीं उतरदे, अपने बच्चों नूं पाल नहीं सकते, तो बाहरलियां कंट्रियां विच कमाई करन वास्ते भेजदे आ। पर जिहड़ियां तीन बांदरां ने हरामखोरां ने सपोर्ट कीती आ ना, अज इन्हां ते मैनूं बहुत ज़्यादा गुस्सा। सब तो पहली मैं गल करूँगा जिन्हों कह दें फिल्मों का हीरो सनी देओल, वह देओल नहीं वह सनी भरजाई निकलिया है। इहनूं की हक आ कि मोदी साहब नूं सपोर्ट करन दा, साड़ी कणक, साडा झोना, साडियां भिंडियां, साडियां सब्जियां वो तुहानूं शहरां विच बैठिया बिठाया नूं मिलदियां। जे कदे किसान एक दिन हड़ताल कर लैण ना, ते जिहड़े तुसीं कहिंदे ना बड़ी स्पाइसी भिंडियां बणियां, बड़े वधिया गोभियां बणियां, आलू बणे आ, वह तुहानूं खाण नूं ना मिलण। सनी देओल जी ते करदा कि जिहड़ा तूं पाकिस्तान तों नलका पुट के आया ना, उस नलके की हाथी ने ला के तेरे धौन च दो तीन मारे, तो तेनू पता लगे भी किसानों का दर्द की आ। सप्पां दीआं सरीआं ते पैर मिद मिद रात कणकां झोनिआं नूं पानी लाया जाता है, तो तू करदा गल उन्हां किसानां दी। तू कहिंदा ना एक फिल्म दे विच कातिया केतिया, जे एक मजदूर का हाथ है वह जी करदा मैं तेरा हाथ वढ के ना तो उहदे उत्ते प्लास्टिक का ला दां। अज मैं तेनू पुछना चाहुंदा ये डायलॉग कित्थों लिया सीगा, कातिया ये मजदूर का हाथ है हैं। तेरे प्यो ने धर्मिंदर ने चार दिन शाने वाला आण के बताऊ लाए, गोंगलू लाए, सब्जियां लाइया, तो सारे सोशल मीडिया ने कहता जी धर्मिंदर खेती करन आया, धर्मिंदर ने आ करता। तुसी वोटां लैण वास्ते बसंती भी कणक वढ़न आई ही हैं, तू फिल्मां दा फिल्म तैनूं गुरदासपुरियां ने चुन के एडी तगड़ी गलती की, तू साडे किसानां दे हक विच की खड़ना ही, तू साडे किसानां दीआं जड़ां विच तेल देता, बेड़ा गर्क करके तू सनी देओल रखता। तू दे सनी देओल नहीं, तू सनी भरजाई आ। तू जिहड़े नलके पुट्टण की गल करदा कितने आ पंजाब विच तैनूं दसीए भी तू कीता की साडे नाल, तैनूं अपनियां ही कीमती वोटां पा के जिताया है। तेरी माँ तेरा प्यो पंजाब विच आउंदे है, लोग इन्ना प्यार करते हुण करे पंजाब विच वड़ के दस्यो। जे तू भी कितने पंजाब विच हुंदा ना ते तेनू भी कद शहर दुध ढोना पैंदा, तेनू भी कणक ढोनी पैंदी, तेनू कंपैल पिछे फिरना पैंदा, तेनू पट्ठे वढ़ने पैंदे, तेनू डंगरां लाके होना पैंदा। ते सनी देओल दे बच्चा जिहड़ा तू कहिंदा ना मेरा 5 किलो दा हाथ आ ते मैं इदां कर दूं, तू पाकिस्तान ते वीडियो बनाउणा गदर वर्गियां, मैं शकीना चुक लियांदी, मैं नलका पुट लियांदा। पुत्तर तू किसानां नाल वाह पा लिया, लख लाणता तेरे इहो जे सनी देओल होण दे। तू देओल नहीं तू भरजाई आ, तू किसानां दे हक विच कातों नहीं खड़िया। सानू पुछ के वेख, साढ़े लखां भरा डौंकियां दे विच मरदे आ, कमीन जमीना गहने पापा आउंदे आ, इत्थे असीं गोरियां दे भांडे साफ करने, गोरियां दे दिहाड़ियां लाउने आ, ते तू सनी देओल नहीं तू सनी भरजाई आ। तुहानूं भी कदे चार दिन कणक झोना वढ़ना पवे, तेरी माता बसंती जिहड़ा कहिंदा बसंती नूं कुत्तों के सामने मत नचना है, काम तुसीं ओही कुत्तियां वाला ही कीता। जितने वोटां की लोड़ी सारा सोशल मीडिया, जितने बसंती कणक वड्डन दी सारा सोशल मीडिया उत्थे आण के ढुकिया सीगा, ते हुण कित्थे गया गरीब का हाथ, कित्थे गया किसान का हाथ। ये डायलॉग मारन जो कहिंदे लख लाण तां तुहाडे इहो जिहे एक्टरां दे। ओ यारो वीडियो दब के शेयर करो, जे तुहानूं किसानां दा दुख है, किसानां दा कोई फिकर आ। ओ सनी देओल, ओ देओल, ओ भरजाई, सारा पंजाब सड़कां ते उतरिया की कारण आ? वह बजुर्ग बापू वह जिन्हों को गोड्या तो तुरिया नहीं जाता अपने हकों वास्ते, साढ़े को रह की गया? सरकार ने सानू कड़िया नौकरियां दित्तियां हैं, साड़ी कणक झोने का ओह रेट रहिंदा, इन्हां नू सरकारी भत्ते मिलते आ। आड़ा कानून आया MSP राज्यसभा भी लागू हो गया, लोकसभा भी लागू हो गया, तो मरने कौन आ साडे पंजाब दे पुत्त। लख लाण तां तुहानू इहो जे खांदे पंजाब दा, हक दे जाके दिल्ली दरबार दे विच शर्म करो थोड़ी जी। मैं सनी देओल की गल करनी, आ फंडियां वाला हंसराज हंस सारी उम्र इस बंदे ने साडे पंजाबियों ते गा गा के बोल बोल के लखां रुपया कमाया, शौहरत कमाई, दौलत कमाई, आ बुढ़े बारे इन्हें बेइज्जती करा ली। ओए हंसराज दे बच्चा, ना तेनू कानूनों का पता, ना तेनू गलबात का पता, आ तेरी कणक झोना तो कह के जलंधर वाले नूं, अमृतसर वाले नूं, लुधियाने वाले नूं बंद कराने आ। चार दिन तेनू दुध ना मिलिया, जिहड़ा सच्ची गल साडे किसान जिहड़े दुध शहरां वाले दे पानी पा के भेजदे, सच्चा ही भेजदे सीगे।
ਇਹਨਾਂ ਦੀ ਕਿਤੇ ਹੋਰ ਬੁੱਧੀ ਥੋੜ੍ਹੀ ਜਿਹੀ ਸੈੱਟ ਹੋ ਜਾਂਦੀ ਨਾ ਤਾਂ ਇਹਨਾਂ ਸਾਡੇ ਕਿਸਾਨਾਂ ਦੇ ਵਿਰੁੱਧ ਹੋਰ ਬੋਲਣਾ ਸੀ। ਹੰਸ ਰਾਜ ਜਿਹੜਾ ਤੂੰ ਕਹਿੰਦਾ ਨਾ ਇਹ ਛਿੱਲੀ ਛਿੱਲੀ ਆਉਂਦੀ ਇਹ ਹਵਾ, ਕਿਤੇ ਕੋਈ ਰੋਂਦਾ ਹੋਊਗਾ। ਉਹ ਲਾਣਤੀ ਆ ਰੋਂਦੇ ਕਿਸਾਨ ਆ, ਉਹ ਧਰਨਿਆਂ ਦੇ ਬੈਠੇ, ਉਹ ਤੇਰੀਆਂ ਅੱਖਾਂ ਤੇਰੇ ਡੇਲਿਆਂ ਵਿੱਚ ਪਾਣੀ ਨਹੀਂ ਆਇਆ। 80 ਸਾਲ ਦਾ ਬਜ਼ੁਰਗ ਚੜ੍ਹਾਈ ਕਰ ਗਿਆ ਹੈ ਕਾਹਦੀ ਖਾਤਰ? ਅੱਜ ਲੋਕਾਂ ਨੂੰ ਲੱਗਦਾ ਹੋਊਗਾ ਵੀ ਵੱਡਿਆਂ ਕਿਸਾਨਾਂ ਨੂੰ ਕਿ ਸਾਡੇ 50 ਕਿੱਲੇ 60 ਕਿੱਲੇ 100 ਕਿੱਲੇ ਸਾਨੂੰ ਕੀ ਫਰਕ ਪੈਣਾ। ਫਰਕ ਸਭ ਤੋਂ ਵੱਡਾ ਵੱਡਿਆਂ ਕਿਸਾਨਾਂ ਨੂੰ ਪੈਣਾ, ਜਿਹਦੇ 2 ਕਿੱਲੇ ਆ ਉਹ ਤਾਂ ਸਬਰ ਕਰ ਲੂ, ਤੁਹਾਡੇ 50-50 ਕਿੱਲਿਆਂ ਪਿੱਛੇ ਵੇਖਿਓ ਤੁਹਾਡਾ ਕਿੱਦਾਂ ਜਲੂਸ ਨਿਕਲਣਾ, ਜਿੱਦਣ ਤੁਹਾਡੀ ਜਿਣਸ ਇੱਥੇ ਰੁਕੀ ਰਹਿ ਗਈ। ਤੁਹਾਡੇ ਘਰਾਂ ਦੇ ਵਿੱਚ ਭੱਠੇ ਲੱਗ ਗਏ, ਫੈਕਟਰੀਆਂ ਲੱਗ ਗਈਆਂ, ਜ਼ਹਿਰੀਲੇ ਧੂਏ ਲੱਗ ਗਏ। ਹਾਲੇ ਤਾਂ ਲੁਧਿਆਣਾ ਤੁਹਾਡੇ ਕੋਲ ਸਾਂਭਿਆ ਨਹੀਂ ਜਾਣ ਡਿਆ, ਜਿੱਦਣ ਬਾਹਰ ਦੀਆਂ ਸਟੇਟਾਂ ਵਾਲੇ ਆਉਣਗੇ ਨਾ ਫਿਰ ਤੁਹਾਨੂੰ ਪਤਾ ਲੱਗੂ। ਅੱਗੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਅਤੇ ਨੌਕਰੀਆਂ ਹੈਗੀਆਂ ਫੌਜ ਦੀਆਂ, ਉਹ ਵੀ ਬਾਰਡਰਾਂ ਉੱਤੇ ਲਾਦੇ ਵੀ ਮਰੋ ਭੈਣ ਚੋ ਉੱਥੇ ਲੜੋ ਪਾਕਿਸਤਾਨੀਆਂ ਦੇ ਨਾਲ ਹੈਂ। ਅਤੇ ਜਿੰਨੇ ਵੀ ਕੇਰਲਾ ਵਾਲੇ ਦੂਜੀਆਂ ਸਟੇਟਾਂ ਵਾਲੇ ਸਾਰੇ ਆਣ ਕੇ ਸਾਡੇ ਪੰਜਾਬ ਦੇ ਵਿੱਚ ਨੌਕਰੀਆਂ ਕਰਦੇ। ਇਹ ਉਸ਼ਮਾ ਚੌਧਰੀ ਆ ਗਈ, ਇਹ ਫਲਾਣਾ ਰੈਡੀ ਆ ਗਿਆ, ਇੱਦਾਂ ਹੋਣਾ ਸਾਡੇ ਨਾਲ। ਸਾਡੇ ਪੰਜਾਬ ਦਾ ਜਿਹੜਾ ਨਾ ਬੇੜਾ ਗਰਕ ਹੌਲੀ ਹੌਲੀ ਹੋ ਰਿਹਾ। ਜੇ ਕਿਸਾਨੋਂ ਤੁਸੀਂ ਨਾ ਜਾਗੇ, ਅੱਜ ਬਾਹਰਲੀਆਂ ਕੰਟਰੀਆਂ ਵਾਲੇ ਮੈਂ ਹੱਕ ਤਾਣ ਕੇ ਕਹਿੰਦਾ, ਉਹ ਭਰਾਵੋ ਜਾਗੋ। ਅਸੀਂ ਗਰੀਬੀਆਂ ਦੇ ਮਾਰੇ ਸਤਾਏ, 47 ਤੋਂ ਬਾਅਦ ਸਾਨੂੰ ਪਤਾ ਵੰਡ ਹੋਈ ਕਿੱਦਾਂ ਸਾਡਾ ਪੰਜਾਬ ਦੋਹਰੇ ਹਰਿਆ ਭਰਿਆ ਹੋਇਆ। ਉਸ ਪੰਜਾਬ ਨੂੰ ਨਜ਼ਰ ਲੱਗ ਗਈ। ਇਸ ਮੋਦੀ ਸਰਕਾਰ ਨੇ ਜਿਹੜਾ ਨਵਾਂ ਬਿੱਲ ਪਾਸ ਕੀਤਾ ਵਾ ਉਹਦੇ ਨਾਲ ਵੇਖਿਓ ਤੁਹਾਡਾ ਹੋਣਾ ਕੀ ਆ। ਤੁਹਾਡੀਆਂ ਬੱਬੂ ਮਾਂ ਨੇ ਗਾਣੇ ਸੱਚੇ ਬੋਲੇ ਸੀਗੇ ਹੈਂ, ਉਹ ਤੁਹਾਡੀਆਂ ਤੁਹਾਡੇ ਚੁੱਲ੍ਹਿਆਂ 'ਚ ਘਾਹ ਉੱਗ ਜਾਣਾ ਜਦੋਂ ਤੁਹਾਡੀਆਂ ਸਰਕਾਰੀ ਰੇਟ 'ਤੇ ਨਾ ਕਣਕ ਚੁੱਕਿਆ ਨਾ ਝੋਨਾ ਚੁੱਕਿਆ। ਅਤੇ ਤੂੰ ਹੰਸਰਾਜ ਪੈਰੀਂ ਪੈਰਾਂ ਜਾ ਕੇ ਮੋਦੀ 'ਤੇ ਲਾਣਤੀ ਆ, ਤੂੰ ਪੰਜਾਬ ਬਾਰੇ ਨਹੀਂ ਸੋਚਿਆ? ਜੰਮਿਆ ਪਲਿਆ ਸ਼ੌਹਰਤ ਕਮਾਈ ਤੂੰ ਪੰਜਾਬ ਤੋਂ, ਇਹ ਸਿੱਲੀ ਸਿੱਲੀ ਹਵਾ ਤੇਰੀ ਪਤਾ ਤੈਨੂੰ ਵੀ ਕਿੱਥੋਂ ਆਉਂਦੀ ਆ? ਜਾ ਕੇ ਇੱਕ ਵਾਰੀ ਧਰਨਿਆਂ ਦੇ ਵਿੱਚੋਂ ਦੀ ਲੰਘ ਕੇ ਵਿਖਾ, ਤੇਰੇ ਮੌਰਾਂ 'ਚ ਵੇਖੀ ਡਾਂਗਾਂ ਪੈਂਦੀਆਂ। ਹੱਦ ਵਾਲੀ ਗੱਲ ਆ, ਫੰਡੇ ਜੇ ਖਿਲਾਰ ਕੇ ਤੂੰ ਬੜੇ ਛੇਤੀ ਬਿਆਨ ਦੇ, ਅਤੇ ਇਹਨੂੰ ਵੋਟ ਪਾਉਂਦਾ ਕੌਣ ਆ? ਲੱਖ ਲਾਣਤ ਇਹੋ ਜਿਹੇ ਬੰਦਿਆਂ ਦੇ, ਸਰਕਾਰੀ ਟੱਟੂਆਂ ਦੇ। ਸਾਡਾ ਕੋਈ ਫਿਕਰ ਨਹੀਂ ਪਿੰਡਾਂ ਵਾਲਿਆਂ ਦਾ, ਤੁਹਾਨੂੰ ਦੁੱਧਾਂ ਤੱਕ, ਤੁਹਾਨੂੰ ਭਿੰਡੀਆਂ ਤੱਕ, ਸਬਜ਼ੀਆਂ ਤੱਕ, ਰੋਟੀਆਂ ਤੱਕ, ਹਰ ਚੀਜ਼ ਪਿੰਡਾਂ ਵਿੱਚੋਂ ਜਾਂਦੀ ਆ। ਜੇ ਪਿੰਡਾਂ ਵਾਲਿਓ ਤੁਸੀਂ ਵੀ ਚੰਗੇ ਹੋ ਨਾ, ਇਹਨਾਂ ਸ਼ਹਿਰੀਆਂ ਨੂੰ ਸਬਕ ਸਿਖਾ ਸਕਦੇ ਜੇ। ਪਰ ਸ਼ਹਿਰੀਓ ਤੁਸੀਂ ਵੀ ਇੱਕ ਗੱਲ ਸੁਣ ਲਓ ਧਿਆਨ ਦੇ ਨਾਲ, ਤੁਸੀਂ ਸਾਰੀਆਂ ਜਿਣਸਾਂ ਹੱਟੀਆਂ ਦੇ ਵਿੱਚ ਰੱਖ ਰੱਖ ਵੇਚਦੇ ਨੇ, ਮਸਾਲੇ ਵੇਚਦੇ, ਹਲਦੀਆਂ ਵੇਚਦੇ, ਲੂਣ ਵੇਚਦੇ, ਖੰਡਾਂ ਵੇਚਦੇ, ਕਿੱਥੋਂ ਖੰਡ ਕਿੱਥੋਂ ਆਉਂਦੀ ਆ? ਗੰਨਾ ਕਿੱਥੋਂ ਆਉਂਦਾ ਵਾ? ਕਣਕ ਕਿੱਥੋਂ ਆਉਂਦੀ? ਝੋਨਾ, ਸੂਰਜਮੁਖੀ, ਤੇਲ, ਹਰ ਚੀਜ਼ ਅਸੀਂ ਪੈਦਾ ਕਰਕੇ ਸ਼ਹਿਰਾਂ ਵਿੱਚ ਭੇਜਦੇ ਹਾਂ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਕਿਸਾਨ ਆ ਉਹਨੇ ਕਣਕ ਝੋਨਾ ਆਪਣੇ ਵਾਸਤੇ ਬੀਜਿਆ ਸੀ, ਨਾ ਕਿ ਵੇਚਣ ਵਾਸਤੇ। ਜਦੋਂ ਪਤਾ ਲੱਗਾ ਕਿ ਸ਼ਹਿਰਾਂ ਵਿੱਚ ਵੀ ਲੋਕ ਭੁੱਖੇ ਮੰਨ ਡੇ ਆ, ਵੱਡੀਆਂ ਵੱਡੀਆਂ ਤਾਦਾਦਾਂ ਦੇ ਵਿੱਚ ਬਾਸਮਤੀਆਂ ਬੀਜ ਬੀਜ ਕੇ, ਸੂਰਜਮੁਖੀਆਂ ਬੀਜ ਬੀਜ ਕੇ ਬਾਹਰਲੀਆਂ ਕੰਟਰੀਆਂ ਤੱਕ ਪਹੁੰਚਾ ਤਾ, ਅਤੇ ਮੇਰੇ ਕਿਸਾਨੋਂ ਇੱਥੇ 3-4 ਐਰੋ ਦਾ ਬਾਸਮਤੀ ਦਾ ਪੈਕਟ ਮਿਲਦਾ ਇੱਕ ਕਿਲੋ ਦਾ, ਅਤੇ ਸਾਨੂੰ ਉੱਥੇ ਕੀ ਰੇਟ ਮਿਲਦਾ? ਸਾਡੇ ਕਦੇ ਸਰਕਾਰੀ ਰੇਟ ਵਧੇ ਆ? ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ? ਅਤੇ ਹੰਸਰਾਜ ਦੇ ਬੱਚਿਆ ਤੂੰ ਕਰੇ ਸਪੋਰਟਾਂ ਜਾ ਕੇ ਮੋਦੀ ਦੀਆਂ? ਉਹਨੇ ਨੋਟਬੰਦੀ ਵਿੱਚ ਬੇੜਾ ਗਰਕ ਕਰਕੇ ਰੱਖਤਾ ਇੱਥੇ ਸਾਡੇ ਦੇਸ਼ ਨੇ ਟੱਟੂ ਤਰੱਕੀ ਕਰਨੀ ਆ, ਸੋਨੇ ਦੀ ਚਿੜੀ ਇਹਨੂੰ ਕਹਿੰਦੇ ਆ, ਬੇੜਾ ਗਰਕ ਕਰਕੇ ਪੰਜਾਬ ਦਾ ਰੱਖਤਾ। ਆ ਜਾਓ ਦਲੇਰ ਮਹਿੰਦੀ ਵੱਲ, ਇਹ ਨਕਲੀ ਪੀਪੇ ਦੇ ਮੂੰਹ ਵਾਲਾ ਪੁਰਾਣੇ TV ਜਿੱਡਾ ਮੂੰਹ ਆ ਦਲੇਰ ਮਹਿੰਦੀ ਦਾ, ਨਕਲੀ ਸਿੱਖ। ਇਹ ਬੰਦੇ ਨੇ ਸਪੋਰਟ ਕੀਤੀ ਮੋਦੀ ਜੀ, ਆਪ ਹਮ ਸਹਿਮਤ ਹੈ, ਤੁਸੀਂ ਕਾਨੂੰਨ ਲੈ ਕੇ ਆਓ। ਤੂੰ ਪਿਓ ਦਿਆ ਸਾਲਿਆ, ਮੇਰੇ ਮੂੰਹੋਂ ਗਾਲਾਂ ਸੁਣਦਾ, ਦਿੱਲੀ ਵਿੱਚ ਬੈਠਾ ਤੂੰ ਹੈ ਨਾ ਨੋਟ ਕਮਾਉਣ ਡਿਆ, ਤੈਨੂੰ ਫਿਕਰ ਆ? ਤੈਨੂੰ ਪਤਾ ਕਿ ਬੱਚੇ ਕਿੱਦਾਂ ਪਲਦੇ ਆ, ਕਿੱਦਾਂ ਝੋਨੇ ਕਣਕ ਪਲਦੇ ਆ? ਹੈ ਕਿ ਅੱਜ ਕਿਸਾਨੀ ਕਰਨੀ ਸੌਖੀ ਆ? ਠੇਕ ਇਸ ਟਾਈਮ ਤੁਸੀਂ ਦੱਸੋ ਹਾਂ ਵੀ ਤੁਹਾਡੇ ਪਿੰਡਾਂ ਵਿੱਚ ਕੀ ਠੇਕੇ ਦਾ ਰੇਟ ਚੱਲਣ ਡਿਆ, ਕੀ ਕਣਕ ਝੋਨੇ ਦਾ ਰੇਟ ਚੱਲਣ ਡਿਆ, ਕਿੰਨੀਆਂ ਸਪਰੇਵਾਂ ਹੁੰਦੀਆਂ, ਕਿੰਨੀਆਂ ਖਾਦਾਂ ਪੈਂਦੀਆਂ, ਟਰੈਕਟਰਾਂ ਦੇ ਤੇਲ ਨਹੀਂ ਮਾਣ, ਬਿਜਲੀਆਂ ਦੇ ਬਿੱਲ ਨਹੀਂ ਮਾਣ, ਅਤੇ ਕਿਸਾਨ ਨੂੰ ਕੀ ਬਚਦਾ? ਅਸੀਂ ਆਪਣਾ ਦੁੱਧ ਵੇਚਤਾ, ਆਪਣਾ ਪੁੱਤ ਵੇਚਤਾ, ਪਿੱਛੇ ਕੀ ਰੱਖਿਆ? ਇੱਕ ਕਿਸਾਨ ਹੀ ਰਹਿ ਗਿਆ ਸੀ ਜਿਹਨੇ ਪੰਜਾਬ ਨੂੰ ਤੋਰਿਆ ਸੀ। 64% ਕਿਸਾਨ ਕਿਸਾਨੀ ਕਰਦੇ ਆ ਤਾਂ ਫਿਰ ਸਾਡਾ ਦੇਸ਼ ਚੱਲਦਾ। 64 ਦੇ ਨਾਲ 20 ਗੁਣਾ ਹੋਰ ਕਰ ਲਓ ਜਿਹੜੇ ਮਜ਼ਦੂਰ ਨਾਲ ਕੰਮ ਕਰਦੇ ਆ, 20 ਹੋਰ ਕਰ ਲਓ ਜਿਹੜੀ ਆੜਤੀ ਹੈ ਉਹ ਵੀ ਭੁੱਖੇ ਹੋ ਕੇ ਬਹਿ ਜਾਣੇ ਆ ਹੱਥਾਂ ਦੇ ਵਿੱਚ, ਉਹਨਾਂ ਦੇ ਵੀ ਕੁਝ ਨਹੀਂ ਰਹਿ ਜਾਣਾ। ਪ੍ਰਾਈਵੇਟ ਵਾਲੇ ਕਾਰਖਾਨੇ ਦੂਜੇ ਆਉਣਗੇ, ਵੱਡੇ ਬਾਹਰਲੀਆਂ ਸਟੇਟਾਂ ਤੋਂ ਆਉਣਗੇ, ਸੈਲਰਾਂ ਵਾਲੇ ਆਉਣਗੇ, ਆਪਣੀ ਮਨ ਮਰਜ਼ੀ ਦੇ ਨਾਲ ਤੁਹਾਨੂੰ ਰੇਟ ਦੇਣ ਚਾਹੇ ਨਾ ਦੇਣ। ਪਹਿਲੀ ਗੱਲ ਤੁਹਾਡੀਆਂ ਜ਼ਮੀਨਾਂ ਦੇ ਰੇਟ ਹੁਣ ਚੈੱਕ ਕਰੋ ਕੀ ਆ। ਸਾਡੇ ਪਿੰਡ 16 ਲੱਖ ਨੂੰ 20 ਲੱਖ ਨੂੰ ਵੀ ਕਿੱਲਾ ਵਿਕਿਆ, ਹੁਣ ਆ ਗਿਆ 10-12 'ਤੇ ਤੁਹਾਡੀ ਕੌਡੀਆਂ ਨੇ ਭਾਰ ਜ਼ਮੀਨ ਵਿਕਣੀ ਆ, ਤੁਹਾਡਾ ਰਾਜਸਥਾਨ ਬਣਨਾ ਪੰਜਾਬ। ਅੱਜ ਤੁਸੀਂ ਚੁੱਪ ਹੋ ਕੇ ਬੈਠੇ ਨਾ, ਉਹ ਬਜ਼ੁਰਗਾਂ ਨੂੰ ਪਤਾ
जिन्हां ने आजादी वेले भी डंगा चुकियां, अज भी आजादी का टाइम आ, अज भी तुहाडे हक्कां दे डाका पै रहा, अज भी तुहानूं लोड़ है जागण दी। ये मत सोचियो कि सिर्फ कल्ले किसान की गल आ, असीं जिहड़े आ ना बाहर बैठे हैं NRI, ये भी जदों पंजाब विच जाणगे तुहानूं फिर पता लगू, तुहानूं फिर एयरपोर्टां दे उत्तम देणगे। एडा काला कानून लैके आंदा, बेड़ा गर्क होण जा रहा किसानी दा, ते तू दलेर मंदी, तू सही गल एक गाणा बोलिया ना, जिहड़ा गड्डे दे नाल चढ़दी तू सड़िया ने टट्टू ते, हुण उह सड़ा नहीं मोदी, उहदे टट्टू ते हुण तू जा के चढ़ दिया, गाल नहीं टट्टू खोते नूं कहिंदे आ, इह दोवें खोते आ जिन्हां नूं इह नहीं पता वी हर कंट्री विच किसान जे खेती करूगा तो कंट्री अमीर होगी। मेरे इटली विच आण के वेख लो किन्नी खेती हुंदी आ, इंग्लैंड तक, सारे यूरोप तक गंढे, हर चीज़ ए तो लैके जैड तक इटली भेजण डिया, अंगूर की आ, माल्टा की आ, आलू की, गंढे, गोभी स्पेन भेजण डिया, आस्ट्रेलिया वाले करन डे आ। आस्ट्रेलिया दे विच किन्नी ज्वार हुंदी आ, किन्नियां पैदाइशां पैदा हुंदियां, मैं पिंडां विच जा के वेख्या, शहरां नालों वी वड्डे वड्डे ट्रैक्टर रख के बैठे आ, ते अज आस्ट्रेलिया वी जे कोई इहदे कोल हैगा ना, उह बदौलत उहनां किसानां दी आ, ते जिदन किसान मरूगा ना उस दिन सारी दुनिया मरूगी। ये देश फेल होना वा, ये जिहड़ियां राजनीतियां हुण साडे विच आ रहियां ना, वह पीपे दे मूँह वाले आ, वह पुराने TV दे मूँह वाले आ, वह दलेर मेहंदी, तुसीं दोवां भरावां ने गंद पाया ना, तुहाडा कोई गाणा चंगा, तुन तुन तारा रारा तुन तुन फुद्दू पागल इंसान, तू करे मोदी दियां सपोर्टां, वह तुसीं वह की आ जिहड़ी वह पागल जी जनानी आ, मैनूं नाम भुल गया उहदा, उहदियां चुम्मियां लै के तुसीं मशहूर होए आ दोवें भरा, गंद पाया तू वड्डा दलेर मेहंदी, तेनू 4 दिन लियांदा आवे ते उत्थे रूड़ी तेरे को पवावे, तेरे को गोया सटावे, तेरे को बूरी मज दियां धारां कटावे, पुत तेनू फिर पता लगे किसानां दा दुख की आ। पहला रुपये ते उहनां दा ही जय जवान जय किसान, हुण ते अपनियां फोटोआं लाउण नूं फिरन डे आ, इन्ना बुरा हाल किया। मेरे देश ने टट्टू तरक्की की, पहले मैं ये दसो भी इतने 1 यूरो दे साडे देश में 86 रुपये बन डे आ, महाराजा रणजीत सिंह दे वेले ये उही पंजाब है ना, जिहदे विच फ्रांस दे, अमरीका दे, इंग्लैंड दे, वख वख कंट्रियां दे महाराजा रणजीत सिंह दे राज विच नौकरियां करन आए आ, ते अज भी साडे सिंघां दे शहीदां दे बुत जिहड़े बाहरलियां कंट्रियां विच लगे आ, ते की असीं घरों भी घर हो गए ना इस गरीबी करके। ਐਡਾ ਤਕੜਾ ਰਾਜ ਸੀਗਾ ਸਾਡਾ ਪੰਜਾਬ, ਜਿਹਦੇ ਵਿੱਚ ਗੁਰੂਆਂ ਮਹਾਰਾਜਿਆਂ ਨੇ ਜਨਮ ਲਿਆ, ਗੁਰੂ ਨਾਨਕ ਸਾਹਿਬ ਨੇ ਵੀ ਹਲ ਚਲਾਇਆ, ਖੇਤੀ ਕੀਤੀ ਆ, ਅੱਜ ਉਹਦੀ ਜ਼ਮੀਨ ਕੌਡੀਆਂ ਦੇ ਭਾਅ ਵਿਕਣ ਲੱਗੀ ਆ, ਅੱਜ ਅਸੀਂ ਲਵਾਰਸ ਹੋ ਕੇ ਬਹਿ ਜਾਣਾ। ਮੇਰੇ ਪੰਜਾਬੀਓ ਤੁਸੀਂ ਪੇਜ ਬਣਾਏ ਆ, ਲੱਖਾਂ ਸਧਾਣਾ ਕਦ ਤੱਕ ਬੋਲੂਗਾ, ਹੋਰ ਮੇਰੇ ਵੀਰ ਚੜ੍ਹਦੀ ਕਲਾ ਵਾਲੇ ਪੰਜਾਬ ਵਿੱਚ ਕਦ ਤੱਕ ਬੋਲਣਗੇ। ਜੇ ਅੱਜ ਮੈਨੂੰ ਵੀ ਫਾਂਸੀ ਮਿਲਦੀ ਆ ਨਾ ਇਸ ਬੋਲਣ ਕਰਕੇ, ਤਾਂ ਫਾਂਸੀ ਲੈਣ ਨੂੰ ਤਿਆਰ ਹਾਂ। ਮੈਨੂੰ ਪਤਾ ਮੇਰੇ ਪਿਓ ਨੇ 10-9 ਦੀ ਕਿਰਤ ਕਮਾਈ ਕਰਕੇ ਉਸ ਜ਼ਮੀਨ ਨੂੰ ਵਧਾਇਆ ਹੈ ਨਾ, ਲੋਕ 100 ਲੋਕਾਂ ਦੇ ਢਿੱਡ ਭਰੇ ਆ। ਕਰੋ ਇੱਕ ਦਿਨ ਚੱਕਾ ਜਾਮ, ਆਹ 10 ਦਿਨ ਦੁੱਧ ਰੋੜੇ ਨੇ ਸੜਕਾਂ ਦੇ, ਅਤੇ ਸ਼ਹਿਰਾਂ ਵਾਲੇ ਨੂੰ ਮੌਕਾ ਲੱਗ ਗਈਆਂ। ਉਹ ਤੁਸੀਂ ਵੀ ਪੰਜਾਬੀ ਆ, ਸ਼ਹਿਰ ਵਾਲਿਓ, ਤੁਸੀਂ ਵੀ ਸਾਡੇ ਪੰਜਾਬ ਦੇ ਆ, ਤੁਹਾਨੂੰ ਵੀ ਦੁੱਖ ਹੋਣਾ ਚਾਹੀਦਾ, ਸਾਡੇ ਭਵਿੱਖ 'ਤੇ ਡਾਕਾ ਪੈਣ ਡਿਆ। ਇਹ ਕਾਨੂੰਨ ਕਾਲਾ ਕਾਨੂੰਨ ਅੰਗਰੇਜ਼ਾਂ ਨੂੰ ਵੀ ਮਾੜਾ ਕਾਨੂੰਨ ਆ। ਪਹਿਲਾਂ ਤਾਂ ਕਹਿੰਦੇ ਨਾ ਅੰਗਰੇਜ਼ ਸਾਨੂੰ ਗੁਲਾਮ ਕਰਕੇ, ਹੁਣ ਗੁਲਾਮ ਕੌਣ ਕਰਦੇ ਆ, ਗੁਲਾਮੀ ਗੁਲਾਮੀ ਆਉਣੀ ਕਿੱਦਾਂ, ਤੁਹਾਨੂੰ ਸਮਝ ਹੀ ਨਹੀਂ। ਇਹੋ ਜਿਹੇ ਕਾਨੂੰਨ ਬਣ ਕੇ ਤੁਸੀਂ ਸੈੱਟ ਕਰੋਗੇ। ਜਿਹੜਾ ਸ਼ਹੀਦ ਭਗਤ ਸਿੰਘ ਸੀਗਾ, ਚਲੋ ਮੈਂ ਉਹਦੀ ਵੀ ਗੱਲ ਉਹ ਤੋਂ ਪਹਿਲਾਂ ਵੀ ਗੱਲ ਕਰਦਾ, ਮੰਗਲ ਪਾਂਡੇ ਹੋਇਆ ਵਾ, ਮੰਗਲ ਪਾਂਡੇ ਜਿਹਨੇ ਸਭ ਤੋਂ ਪਹਿਲਾਂ ਵਿਦਰੋਹ ਅੰਗਰੇਜ਼ਾਂ ਦਾ ਕੀਤਾ ਸੀ। ਅੰਗਰੇਜ਼ਾਂ ਨੇ ਕਾਰਤੂਸ ਬਣਾਏ ਚਰਬੀ ਵਾਲੇ, ਜਿਹਦੇ ਉੱਤੇ ਚਰਬੀ ਲੱਗੀ ਹੁੰਦੀ ਸੂਰ ਦੀ, ਅਤੇ ਮੰਗਲ ਪਾਂਡੇ ਕਹਿੰਦਾ ਮੈਂ ਉਹੜੇ ਸੂਰ ਵਾਲੀ ਚਰਬੀ ਵਾਲੇ ਜਿਹੜੇ ਕਾਰਤੂਸ ਆ, ਮੂੰਹ ਦੇ ਨਾਲੋਂ ਬੰਬ ਨਹੀਂ ਖੋਲਣੇ, ਅਤੇ ਵਿਦਰੋਹ ਕਰਤਾ ਸੀ ਅੰਗਰੇਜ਼ਾਂ ਦਾ। ਪਹਿਲਾ ਵਿਦਰੋਹ ਮੰਗਲ ਸੀਗਾ, ਅੰਗਰੇਜ਼ਾਂ ਦਾ ਜਿਹੜਾ ਵਿਦਰੋਹ ਆ ਮੰਗਲ ਪਾਂਡੇ ਨੇ ਕੀਤਾ ਸੀਗਾ। ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ, ਕਿੰਨੀਆਂ ਸ਼ਹੀਦੀਆਂ ਹੋਈਆਂ, ਅੱਜ ਉਸ ਪੰਜਾਬ ਨੂੰ, ਉਸ ਪਾਕਿਸਤਾਨ ਨੂੰ ਅੰਗਰੇਜ਼ਾਂ ਨੇ ਛੱਡ ਹੀ ਦਿੱਤਾ। ਅੱਜ ਪਾਕਿਸਤਾਨ ਹੀ ਵੇਖ ਲਓ, ਪਾਕਿਸਤਾਨ ਦੇ ਵਿੱਚ ਇੰਨੀ ਕੁ ਆਵਾਮ ਤਗੜੀ ਆ, ਜਿਨ੍ਹਾਂ ਨੇ ਕਦੀ ਵੀ ਕੋਈ ਆਂਚ ਨਹੀਂ ਆਉਣ ਦਿੱਤੀ, ਇਮਰਾਨ ਖਾਨ ਦੇ ਵੀ ਹੱਕ ਵਿਰੋਧ ਵਿੱਚ ਆ ਜਾਂਦੇ ਵੀ ਆਹ ਸਾਨੂੰ ਕਾਨੂੰਨ ਨਹੀਂ ਜਾਇਜ਼, ਫਾਂਸੀਆਂ ਸ਼ਹੀਦੀਆਂ ਸ਼ਹੀਦ ਕਾਹਤੋਂ ਹੁੰਦੇ ਆ। ਸਾਡੇ ਲੀਡਰਾਂ ਨੂੰ ਕੀ ਫਿਕਰ ਆ, ਉਹਨਾਂ ਨੇ ਜਾ ਕੇ ਉੱਥੇ ਦਿੱਲੀ ਦੇ ਤਲਵੇ ਚੱਟਣੇ ਚੱਟਣੇ ਆ ਕੇ ਉਹਨਾਂ ਦਾ ਸਰੰਡਿਆ, ਉਹਨਾਂ ਨੂੰ ਹਰ ਚੀਜ਼ ਮਿਲ ਰਹੀ ਆ। ਅਸੀਂ ਮਰਨਾ ਕਿਸਾਨਾਂ ਵਾਲਿਆਂ, ਤੁਹਾਡੇ ਪਿੰਡਾਂ ਵਿੱਚ ਵੇਖੋ ਤੁਹਾਡਾ ਕਿੰਨਾ ਕੁ ਮਹਿੰਗਾ ਦੁੱਧ ਵਿਕਦਾ, ਤੁਹਾਡੇ ਕਿੰਨੇ ਕੁ ਪੁੱਤ ਨੌਕਰੀਆਂ 'ਤੇ ਆ। ਇਹ ਆੜ 3 ਟੱਟੂ ਹੀ ਨਾ, ਜਿੰਨੀ ਵੀ ਇਹਨਾਂ ਦੀ ਕਲਾਸ ਲੱਗੇ ਮੈਨੂੰ ਤਾਂ ਗੁੱਸਾ ਚੜ੍ਹਦਾ, ਆਹ ਵੱਡੇ ਮੂੰਹ ਵਾਲੇ ਦੂਜੇ ਸੰਨੀ ਦਿਓਲ 'ਤੇ, ਵੱਡਾ ਇਹ ਹੀਰੋ, ਕਿਤੇ ਪੁੱਤ ਤੁਸੀਂ ਨਾਨਕ ਦੇ ਐਕਟਰ ਹੁੰਦੇ ਤਾਂ ਤੁਸੀਂ ਵੀ ਬਟਾਲੇ ਦੁੱਧ ਢੋਇਆ ਕਰਨਾ ਸੀਗਾ।
ਤੁਹਾਨੂੰ ਕਿਤੇ ਗੋਡੀ ਕਰਨੀ ਪੈਂਦੀ, ਤੁਹਾਨੂੰ ਕਿਤੇ ਦੁਪਹਿਰੇ ਕੱਖ ਕੱਢਣਾ ਪੈਂਦਾ ਝੋਨਿਆਂ 'ਚੋਂ, ਤੁਹਾਨੂੰ ਪਤਾ ਹੁੰਦਾ। ਕਿਸਾਨ ਕਿੰਨੇ ਕਿਸਾਨ ਮਰਦੇ ਆ ਰੋਜ਼, ਕਿਸੇ ਨੂੰ ਸੱਪ ਲੜ ਗਿਆ, ਕੋਈ ਬਿਜਲੀ ਨਾਲ, ਕੋਈ ਕਰਜ਼ੇ ਨਾਲ, ਹੈਂ ਕਰਜ਼ੇ ਚੱਕ ਚੱਕ ਅਸੀਂ ਟਰੈਕਟਰ ਲਏ ਆ ਵੀ ਚੱਲ ਆਪਣਾ ਸਾਡਾ ਚੱਲਦਾ ਹੋਵੇ। ਆਪਣੇ ਪੁੱਤ ਮਰਵਾ ਲਏ ਅਸੀਂ, ਆਪਣੀਆਂ ਜਿਣਸਾਂ ਖਤਮ ਕਰਾ ਲਈਆਂ, ਹੋਰ ਸਾਡੇ ਤੋਂ ਕੀ ਚਾਹੁੰਦੇ ਆ? ਕਿਸਾਨੋ ਜਾਗੋ, ਮੇਰੇ ਵੀਰੋ ਜਾਗੋ, ਇਹ ਦੁਨੀਆਂ 'ਤੇ ਨਾ ਮੈਂ ਰਹਿਣਾ ਨਾ ਤੁਸੀਂ ਰਹਿਣਾ, ਮਰ ਸਾਰਿਆਂ ਨੇ ਜਾਣਾ, ਪਰ ਅਸੀਂ ਸਿਆਪਾ ਪਾਲਣਾ ਆਪਣੇ ਪੁੱਤ ਪੋਤੀਆਂ ਨੂੰ, ਅਸੀਂ ਗੁਲਾਮ ਹੋ ਜਾਣਾ। ਇਹ ਇਕੱਲੀ ਮੇਰੀ ਲੜਾਈ ਨਹੀਂ, ਸਾਰੇ ਪੰਜਾਬ ਦੇ ਕਿਸਾਨਾਂ ਦੀ ਲੜਾਈ ਆ। ਸੋਚ ਕੇ ਵੇਖੋ, ਮੈਂ ਨਹੀਂ ਬਾਕੀ ਨਹੀਂ ਜਿਹੜੇ ਇੰਨੇ ਨੇ ਸਿਆਣੇ ਬਜ਼ੁਰਗ ਜਿਨ੍ਹਾਂ ਨੇ 47 ਵੇਲੇ ਵੀ ਵੇਖਿਆ ਹੋਊਗਾ, ਮਾੜੇ ਚੰਗੇ ਟਾਈਮ ਵੀ ਵੇਖੇ ਹੋਣਗੇ, ਉਹ ਵੀ ਧਰਨਿਆਂ 'ਤੇ ਬੈਠੇ ਰੌਲਾ ਪਾਉਂਦੇ ਵੀ ਇਹ ਕਾਲਾ ਕਾਨੂੰਨ ਸਾਨੂੰ ਅਸੀਂ ਨਹੀਂ ਅਸੈਪਟ ਕਰਨਾ ਚਾਹੁੰਦੇ। ਕਿੰਨੇ ਮੁੰਡੇ ਬਾਹਰਲੀਆਂ ਕੰਟਰੀਆਂ 'ਚ ਰਹਿੰਦੇ, ਕਿਉਂ ਨਹੀਂ ਉੱਠ ਕੇ? ਤੁਸੀਂ ਵੀਰੋ, ਸਭ ਤੋਂ ਵੱਡੀ ਤਾਕਤ NRI ਭਰਾਵਾਂ ਦੀ ਆ, ਜੇ ਸਪੋਰਟ ਕਰਨ ਅਤੇ ਇੱਕ ਕਾਨੂੰਨ ਬਣਾਉਣ ਹੀ ਜਾ ਰਹੇ ਆ ਨਾ, ਬਣ ਤਾਂ ਨਹੀਂ ਨਾ ਗਿਆ, ਉਹਨੂੰ ਭੰਗ ਵੀ ਕਰ ਸਕਦੇ ਹਾਂ, ਨਹੀਂ ਸਾਨੂੰ ਅਸੈਪਟ ਹੈਗਾ। ਸੋ ਇੰਨੀ ਕੁ ਮੈਂ ਵੀਡੀਓ ਵੀਰੋ ਕੀਤੀ ਆ, ਕਿਸਾਨਾਂ ਦੇ ਹੱਕ ਵਿੱਚ ਖੜਾ ਵਾਂ। ਮੈਂ ਵੀ ਉਸ ਟਾਈਮ ਉੱਥੇ ਵੇਖਿਆ ਵੀ ਕਿੱਦਾਂ ਅਸੀਂ ਛੋਟੀਆਂ ਛੋਟੀਆਂ ਮਸ਼ੀਨਾਂ ਨਾਲ ਕਣਕ ਉਤਰਦੇ ਰਹੇ, ਕਿੰਨੇ ਦਿਨ ਔਖੇ ਕੱਟੇ ਆ, ਹੈ ਨਾ। ਅੱਜ ਵੀ ਮੇਰਾ ਪੰਜਾਬ ਤਾਂ ਨਹੀਂ ਗਿਆ ਜਿਹਦੇ ਕੋਲ ਆਪਣੀ ਕਣਕ ਹੋਵੇ, ਆਪਣਾ ਝੋਨਾ ਹੋਵੇ, ਖਾਣ ਨੂੰ ਸਾਰਾ ਕੁਝ ਆਪਣਾ ਹੋਵੇ, ਉਹ ਕਿੱਦਾਂ ਬੰਦਾ ਗਰੀਬ ਹੋ ਸਕਦਾ? ਸਾਡੇ ਕੋਲ ਦੁੱਧ ਆਪਣਾ, ਸਬਜ਼ੀਆਂ ਆਪਣੀਆਂ, ਹਰ ਚੀਜ਼ ਆਪਣੀ ਆ, ਅਤੇ ਕੋਈ ਬਾਹਰੋਂ ਆਣ ਕੇ ਸਾਲਾ ਲੱਗਦਾ ਕਿ ਸਾਡੀ ਜ਼ਮੀਨ ਖੋਲ੍ਹੇ ਜਾਂ ਸਾਡੀਆਂ ਸਬਜ਼ੀਆਂ ਜਾਂ ਸਾਡੀ ਖੇਤੀਬਾੜੀ ਖੋਲ੍ਹੇ? ਸਾਡੇ ਰਹਿ ਪਿੱਛੇ ਕੀ ਗਿਆ? ਜਦੋਂ ਕਿਸਾਨ ਵਿਹਲਾ ਹੋ ਕੇ ਬਹਿ ਗਿਆ, ਉਹ ਕੀ ਕਰੂਗਾ? ਦੱਸੋ ਤੁਸੀਂ, ਸਿਰਫ ਇਕੱਲੀ ਪੰਜਾਬ ਦੀ ਸਟੇਟ ਨੂੰ ਕਿਉਂ ਖਤਰਾ ਇੰਨਾ? ਹਰਿਆਣੇ ਵਾਲੇ ਸਾਡੇ ਨਾਲੋਂ 100 ਗੁਣਾ ਚੰਗੇ, ਉਹ ਯਾਟਾਂ ਨੇ ਦਿੱਲੀ ਤੱਕ ਸਾਰਾ ਹਾਈਵੇ ਰੋਡ ਜਾਮ ਕਰਤੇ ਕਿ ਅਸੀਂ ਇਹ ਨਹੀਂ ਅਸੈਪਟ ਕਰਦੇ ਕਾਨੂੰਨ। ਹਾਂ, ਅਸੀਂ ਅਸੈਪਟ ਤਾਂ ਕਰਾਂਗੇ, ਸਰਕਾਰ ਲਿਖਤੀ ਰੂਪ ਵਿੱਚ ਲਿਖ ਕੇ ਦੇਵੇ ਕਿ ਜੋ ਸਾਡਾ ਰੇਟ ਅੱਜ ਵੱਜਣ ਜਾ ਰਿਹਾ ਇਹ ਤੋਂ ਵਧੇਗਾ, ਇਹ ਤੋਂ ਘਟੇਗਾ ਨਹੀਂ, ਫਿਰ ਤਾਂ ਮੈਂ ਵੀ ਅਸੈਪਟ ਕਰਦਾ। ਠੀਕ ਹੈ, ਵਧੀਆ ਕਾਨੂੰਨ ਆ। ਹੋ ਸਕਦਾ ਅਸੀਂ ਉਸ ਧਰਤੀ 'ਤੇ ਨਹੀਂ ਬੈਠੇ, ਪਰ ਜਿੰਨੀਆਂ ਵੀ ਉੱਥੋਂ ਖਬਰਾਂ ਆਉਂਦੀਆਂ, ਜਿੰਨੀ ਉੱਥੋਂ ਸਾਨੂੰ ਸਮਝ ਆਉਂਦੀ ਆ, ਕਿਸਾਨ ਡਰੇ ਬੈਠੇ ਆ। ਅੱਜ ਜੇ ਸ਼ਹੀਦੀਆਂ ਹੋ ਵੀ ਜਾਣਗੀਆਂ, 4 ਕਿਸਾਨ ਮਰ ਵੀ ਜਾਣਗੇ ਨਾ, ਉਹ ਸ਼ਹੀਦੀਆਂ ਰੰਗ ਵੀ ਲਿਆਉਣਗੀਆਂ, ਆਜ਼ਾਦੀਆਂ ਇੱਦਾਂ ਹੀ ਮਿਲਦੀਆਂ। ਜੇ ਮੈਨੂੰ ਵੀ ਇਹੋ ਜਿਹੀ ਆਜ਼ਾਦੀ ਮਿਲੇ, ਮੈਂ ਵੀ ਮਰਨ ਨੂੰ ਤਿਆਰ ਹਾਂ। ਆ ਕਈ ਮੇਰੇ ਸਾਲੇ ਵਿੱਚ ਗਲਤ ਕਮੈਂਟ ਕਾਂਡੇ ਸਾਲੇ, ਜਿਹੜੀ ਤੁਸੀਂ ਭੈਣ ਪੇਸ਼ ਕਰਨੀ ਤੁਸੀਂ ਕਰ ਲਿਓ, ਤੁਸੀਂ ਮੋਦੀ ਨੂੰ ਦੇ ਦਿਓ ਕੁਆਰਾ ਬੈਠਾ। ਆ ਜਿਹੜੇ ਮੇਰੇ ਸਾਲੇ ਮੈਨੂੰ ਗਲਤ ਕਮੈਂਟ ਕਾਂਡੇ, ਮੈਂ ਗਾਲ ਕਿਸੇ ਨੂੰ ਨਹੀਂ ਕੱਢਦਾ, ਮੈਨੂੰ ਵੀ ਗਾਲਾਂ ਆਉਂਦੀਆਂ, ਪਰ ਦੁੱਖ ਲੱਗਦਾ ਸੀ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ ਕਰਤਾਰਪੁਰ ਤੋਂ, ਅਤੇ ਕਿੱਦਾਂ ਦੋਹਰੇ ਅਸੀਂ ਘਰ ਵਸਾਇਆ। ਮੇਰਾ ਪਿਓ ਵੀ ਇਸ ਦੁਨੀਆਂ 'ਤੇ ਨਹੀਂ ਰਿਹਾ, ਅਤੇ ਜੇ ਹੁੰਦਾ ਤਾਂ ਮੈਂ ਉਹਨੂੰ ਵੀ ਕਹਿੰਦਾ, ਜਾ ਬਾਪੂ ਆਹ ਲੈ ਜਾ, ਭਾਵੇਂ ਮਾਤਾ ਨੂੰ ਵੀ ਨਾਲ ਲੈ ਜਾ ਧਰਨਿਆਂ 'ਤੇ ਬਹਿ। ਕਿੰਨੀਆਂ ਬਜ਼ੁਰਗ ਮਾਤਾ ਜਿਹੜੀਆਂ ਬੈਠੀਆਂ ਧਰਨਿਆਂ 'ਤੇ ਰੌਲਾ ਪਾਉਂਦੀਆਂ ਰੋਂਦੀਆਂ, ਉਹ ਪਾਗਲ ਆ ਜਾਂ ਸਾਡੇ ਬਜ਼ੁਰਗ ਪਾਗਲ ਆ? ਅਤੇ ਆਹ ਜਿਹੜੇ 4 ਦਗੜ ਦੱਲਿਆਂ ਨੇ, ਤਿੰਨਾਂ ਨੇ, ਆਹ ਹੰਸਰਾਜ ਨੇ, ਆਹ ਦਲੇਰ ਮਹਿੰਦੀ ਨੇ, ਅਤੇ ਆਹ ਜਿਹੜਾ ਵਾ ਸਨੀ ਦਿਓਲ, ਸਨੀ ਭਰਜਾਈ, ਸ਼ਰਮ 'ਚ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਕਾਤਿਆ, ਜੇ ਮਜ਼ਦੂਰ ਕਾ ਹੱਥ ਆ। ਤੈਨੂੰ ਮਜ਼ਦੂਰੀ ਕੀਤੀ ਹੋਵੇ, ਤੈਨੂੰ ਪਤਾ ਲੱਗੇ 8 ਘੰਟੇ 10 ਘੰਟੇ ਕੰਮ ਕਰਾ ਕੇ ਅਗਲੇ ਧੂੰਆਂ ਕੱਢਦੇ, ਸਹੀ 30 ਦਿਨ ਮਹੀਨੇ ਦੇ ਹੁੰਦੇ ਆ, ਅਤੇ 30 ਦਿਨਾਂ ਦੇ ਵਿੱਚ ਅਸੀਂ ਉਹ ਧੂੰਆਂ ਆਪਣਾ 12-12 ਘੰਟੇ ਬਾਹਰਲੀਆਂ ਕੰਟਰੀਆਂ ਕਢਾਉਂਦੇ, ਕੋਈ ਗੱਲ ਕਰਨ ਵਾਲੀ ਨਹੀਂ, 12-12 ਘੰਟੇ ਟਰੱਕ ਟਰਾਲੇ 'ਚ ਆਉਂਦੇ ਹਾਂ, ਰੈਸਟੋਰੈਂਟਾਂ 'ਚ ਕੰਮ ਕਰਦੇ ਹਾਂ, ਅਤੇ ਕੋਈ ਮੇਰਾ NRI ਵੀਰ ਹੱਥ ਖੜਾ ਕਰਕੇ ਕਹਿ ਦੇ ਉਹ ਬਿਮਾਰ ਆ, ਜਾਂ ਉਹਦਾ ਮਾਂ ਮਰ ਗਈ, ਜਾਂ ਪਿਓ ਮਰ ਗਿਆ, ਜਾਂ ਕੋਈ ਰਿਸ਼ਤੇਦਾਰ ਮਰ ਗਿਆ, ਛੁੱਟੀ ਕਦੀ ਕੀਤੀ ਹੋਵੇ? ਇੰਨੀਆਂ ਮਜਬੂਰੀਆਂ, ਅਤੇ ਅੱਜ ਸਾਡੇ 1 ਨਹੀਂ, ਹਜ਼ਾਰਾਂ ਹੀ ਬਾਪੂ ਮਰਨ ਜਾ ਰਹੇ ਆ, ਹਜ਼ਾਰਾਂ ਮਾਵਾਂ ਮਰਨ ਜਾ ਰਹੀਆਂ, ਸਾਡਾ ਜਿਹੜਾ ਪੰਜਾਬ ਆ ਗੁਲਾਮ ਹੋਣ ਜਾ ਰਿਹਾ ਉਹਨਾਂ ਕਾਨੂੰਨਾਂ ਦੇ, ਜਿਨ੍ਹਾਂ ਕਾਨੂੰਨਾਂ ਦੀ ਅਸੀਂ ਮੁੜ ਕੇ ਦੋਹਰੇ ਲੰਘਣਾ ਨਹੀਂ ਕਰ ਸਕਦੇ, ਆਪਣੇ ਹੱਥ ਵਢਾਉਣ ਜਾ ਰਹੇ ਹਾਂ। ਇਹ ਗੱਲਾਂ ਕੌਣ ਕਰੂਗਾ? ਆਹ ਸੋਸ਼ਲ ਮੀਡੀਆ ਮੈਂ ਬਣਾਇਆ, ਮੈਂ ਨਹੀਂ ਬਣਾਇਆ, ਸਾਰੀ ਦੁਨੀਆਂ ਨੇ ਬਣਾਇਆ, ਆਹ ਪੇਜ ਬਣਾਇਆ ਤੁਹਾਨੂੰ ਗੱਲਾਂ ਦੱਸਣ ਵਾਸਤੇ, ਤੁਹਾਨੂੰ ਤੁਹਾਡੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਨ ਵਾਸਤੇ, ਫਿਰ ਵੀ ਮੇਰੇ ਸਾਲੇ ਵਿੱਚ ਮੈਨੂੰ ਗਾਲਾਂ ਕੱਢ ਜਾਂਦੇ ਆ ਕਿ ਤੂੰ ਅਮਲੀ ਆ, ਤੂੰ ਜੇ ਆ, ਤੂੰ ਵੋ ਆ। ਮੈਂ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਕਹਿੰਦਾ, ਮੈਨੂੰ ਕੋਈ ਇਹੋ ਜਿਹਾ ਕੋਈ ਐਪ ਨਹੀਂ ਗਾ, ਜਾਂ ਲਾਈਵ ਹੋ ਕੇ ਮੈਂ ਕੋਈ ਨਸ਼ਾ ਜਾਂ ਕੋਈ ਇਹੋ ਜਿਹੀ ਚੀਜ਼ ਖਾਧੀ ਹੋਵੇ। ਉਹ ਮੇਰੇ ਯਾਰ ਹੋਣੀ ਭਾਨੇ ਸਿੱਧੂ ਹੋਣੀ, ਉਹ ਕਿੰਨੇ ਰਵੀ ਥਾਂਦੇ ਵਾਲੀਆਂ, ਮੇਰਾ ਯਾਰ ਪੂਰਾ ਹੋ ਗਿਆ, ਉਹ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀਗਾ, ਲੱਖਾ ਸਿਧਾਣਾ, ਜਗਦੀਪ ਰੰਧਾਵਾ, ਬੈਂਸ, ਕਿੰਨਿਆਂ ਬੰਦਿਆਂ ਦੀ ਗੱਲ ਕਰਾਂ ਜਿਹੜੇ ਧਰਨਿਆਂ ਦੇ ਦਿਨ ਰਾਤ ਉੱਥੇ ਸੇਵਾ ਕਰਨ ਡੇ ਆ, ਲੰਗਰ ਪੱਕਣ ਡੇ ਆ, ਉਹ ਕਿੰਨਾਂ ਦੇ ਹੱਕਾਂ ਲਈ? ਜੇ ਅੱਜ ਗੱਲ ਸਿਰਫ ਉਹਨਾਂ 'ਤੇ ਸੁੱਟਣੀ ਆ ਤਾਂ ਫਿਰ ਮਰੋ, ਇਕੱਲੇ ਇਕੱਲੇ ਮਰੋ, ਤੁਹਾਨੂੰ ਫਿਰ ਪਤਾ ਲੱਗੂਗਾ ਜਿੱਦਣ ਤੁਹਾਡੀਆਂ ਜਿਣਸਾਂ ਮੰਡੀਆਂ 'ਚ ਰੁਲੀਆਂ, ਤੁਹਾਡੀਆਂ ਜ਼ਮੀਨਾਂ ਦੇ ਰੇਟ ਲੱਖਾਂ ਲੱਖਾਂ 'ਤੇ ਆ ਗਏ। ਸਾਡੇ ਪੰਜਾਬ ਦੀ ਸਟੇਟ 'ਤੇ ਬਈਆਂ ਨੇ ਆਉਣਾ, ਬਈਆਂ ਨੇ ਹਿੰਦੀ ਚੱਲਿਆ ਕਰੂ, ਪੰਜਾਬੀ ਤੁਹਾਡੀ ਦੱਬ ਕੇ ਬਹਿਣੀ। ਜੇ ਤੁਸੀਂ ਪਹਿਰਾ ਦਿੰਦੇ ਆ ਨਾ ਆਪਣੀ ਮਾਂ ਬੋਲੀ 'ਤੇ ਜਾਂ ਆਪਣੀਆਂ ਹੱਕਾਂ 'ਤੇ, ਤਾਂ ਫਿਰ ਹੀ ਬਚਾਅ ਆ।
ਉਦਾਂ ਕਹਿ ਦਿੰਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 1,25,000 ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ, ਉਹ ਗੱਲਾਂ ਹੀ ਰਹਿ ਗਈਆਂ। ਉਹਨਾਂ 'ਤੇ ਕਦੋਂ ਪਹਿਰਾ ਦੇਣਾ, ਕਦੋਂ ਅਸੀਂ ਵਿਚਾਰ ਕਰਨੀ ਆ? ਇਹ ਮੇਰੇ ਗੁਰੂ ਨਾਨਕ ਸਾਹਿਬ ਦੀ ਧਰਤੀ ਆ, ਇੱਕ ਇੱਥੇ ਕਿਸੇ ਦਾ ਕੋਈ ਹੱਕ ਨਹੀਂ ਗਾ। ਖੇਤੀ ਕਰਨਗੇ ਤਾਂ ਕਿਸਾਨ ਕਰਨਗੇ, ਕੋਈ ਕਾਲਾ ਕਾਨੂੰਨ ਨਹੀਂ ਆਉਣਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਹਲਵਾਇਆ ਤਾਂ ਸਾਨੂੰ ਦੱਸ ਕੇ ਗਏ ਆ, ਨਾਮ ਜਪੋ ਵੰਡ ਕੇ ਛਕੋ। ਅਤੇ ਅੱਜ ਬਾਹਰਲੀਆਂ ਸਟੇਟਾਂ ਤੋਂ ਅਸੀਂ ਆਲ ਵਰਲਡ ਵਿੱਚ ਭਾਈ ਰਵੀ ਸਿੰਘ ਨੇ ਲੰਗਰ ਲਾ ਤੇ, ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ, ਐਨ ਜੀ ਓ ਬਣ ਗਈਆਂ, ਅਤੇ ਅਸੀਂ ਸੇਵਾ ਕਰਨ ਵਾਲੇ ਲੋਕ ਨਿਹੱਥੇ ਹੋ ਕੇ ਬਹਿ ਜਾਣਾ, ਹੱਦ ਵਾਲੀ ਗੱਲ। ਹੁਣ ਮਰ ਲਓ, ਵੀਡੀਓ ਸ਼ੇਅਰ ਕਰ ਲਓ ਪੇਜਾਂ ਵਾਲਿਓ, ਮੈਨੂੰ ਤਾਂ ਜਿਹੜਾ ਪਹਿਲਾਂ ਪੰਗਾ ਪਾਉਣਾ ਪਾਉਣਾ ਹੀ ਪਾਉਣਾ ਵਾ, ਪਰ ਗੱਲ ਕੋਈ ਮੁੱਦੇ ਦੀ ਵੀ ਸੁਣ ਲਿਆ ਕਰੋ। ਭਾਰਤੀ ਵੀਡੀਓ ਭਾਬੀ ਚੁੰਮਿਆਂ ਵਾਲੇ ਦੀ, ਨੀਟੂ ਸ਼ਟਰਾਂ ਵਾਲੇ ਦੀ, ਕਾਲੀ ਐਕਟਿਵਾ ਵਾਲੇ ਦੀ, ਜੋ ਪੰਜਾਬ ਦਾ ਫੁੱਦੂ ਬੰਦਾ ਉਹਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਊ, ਕਿ ਜਿਹੜਾ ਚੁੱਕ ਚੰਗੀ ਗੱਲ ਕਰਦਾ ਨਾ ਉਹ ਰਹਿਣ ਦਾ ਬਸ ਰੌਲਾ ਪਾਉਣ ਜੋਗਾ ਜਾਂ ਪਰਚੀਆਂ ਜੋਗਾ ਹੀ। ਤੂੰ ਮਸ਼ਹੂਰ ਹੋਣ ਨੂੰ ਵੀਡੀਓ ਬਣਾਉਣਾ, ਮੈਨੂੰ ਮਸ਼ਹੂਰ, ਮੈਨੂੰ ਕੋਠੇ ਜਾ ਕੇ ਗੋਲੀ ਮਾਰ ਦਿਓ, ਮੈਂ ਮਸ਼ਹੂਰ ਹੋ ਕੇ ਸਾਰਾ ਬਾਦਲ ਬਣਨਾ। ਗੱਲ ਫਿਰ ਬਾਦਲਾਂ 'ਤੇ ਆ ਜਾਂਦੀ ਆ। 800-800 ਕਿੱਲਾ, ਪਤਾ ਨਹੀਂ ਕਿੰਨਾ ਕਿੱਲਾ ਇਹਨਾਂ ਦੀ ਜ਼ਮੀਨ ਦਾ, ਜਿਨ੍ਹਾਂ ਨੂੰ ਚੁੱਕਣੇ ਚਾਹੀਦੇ ਸੀ ਕਦਮ, ਉਹ ਜਾ ਕੇ ਦਿੱਲੀ ਬੈਠੇ ਆ। ਅਸੀਂ ਵੋਟਾਂ ਪਾ ਕੇ ਨਾ ਆਪਣੇ ਹੱਥ ਵੜਾ ਲਏ ਆ ਦੋਸਤੋ। ਅੱਜ ਤੋਂ 20 ਸਾਲ ਪਹਿਲਾਂ ਮੈਂ ਆਪਣੇ ਅੱਖੀਂ ਵੇਖਿਆ ਕਿ ਅਸੀਂ ਰਾਜੇ ਹਨ, ਰਾਜੇ ਪਿੰਡਾਂ ਦੇ ਵਿੱਚ। ਸਾਡੇ ਘਰਾਂ 'ਚੋਂ ਕਣਕ ਚੁੱਕਣ ਆਉਂਦੇ ਹੁੰਦੇ ਸੀ, ਸ਼ਹਿਰ ਵਾਲੇ ਝੋਨਾ ਚੁੱਕਣ ਆਉਂਦੇ ਹੁੰਦੇ ਸੀਗੇ। ਆੜ੍ਹਤੀਆਂ ਨੂੰ ਅਸੀਂ ਕਦੀ ਪੈਸੇ ਨਹੀਂ ਪੁੱਛੇ, ਸੁਨਿਆਰਿਆਂ ਨੂੰ ਅਸੀਂ ਪੈਸੇ ਨਹੀਂ ਕਦੀ ਦਿੱਤੇ। ਅਗਲਿਆਂ ਨੂੰ ਪਤਾ ਹੁੰਦਾ ਕਿ ਸਰਦਾਰ ਜੀ ਹੋਣਾ ਨੇ ਪੈਸੇ ਸਾਡੀ ਇੱਥੇ ਦੇ ਕੇ ਜਾਣੇ ਆ, ਸਾਨੂੰ ਕੋਈ ਫਿਕਰ ਨਹੀਂ। ਅੱਜ ਉਹਨਾਂ ਦਾ ਵੀ ਭਰੋਸਾ ਸਾਡੇ ਤੋਂ ਉੱਠ ਜਾਣਾ, ਇਹਦੇ ਕਰਜ਼ਾਈ ਲੋਕ ਆ, ਇਹਨਾਂ ਨੂੰ ਅਸੀਂ ਸੋਨਾ ਕੱਪੜਾ ਕਾਹਤੋਂ ਦਈਏ? ਉਹ ਸ਼ਹਿਰਾਂ ਵਾਲਿਓ, ਹੱਥ ਨੂੰ ਹੱਥ ਹੁੰਦਾ। ਅੱਜ ਤੁਸੀਂ ਚੁੱਪ ਹੋ ਕੇ ਬੈਠੇ ਨਾ, ਗੱਲ ਯਾਦ ਰੱਖਿਓ, ਮਰਨਾ ਸਾਰੇ ਪੰਜਾਬ ਨੇ ਹੀ ਆ, ਇਹ ਤੁਸੀਂ ਇਨਸਾਨੀਅਤ ਭੁੱਲ ਚੁੱਕੇ ਆ। ਜੇ ਉਹ ਬਾਪੂ ਇੱਕ ਮਰਿਆ ਨਾ ਤਾਂ ਸਾਡੀਆਂ ਅੱਖਾਂ 'ਚ ਪਾਣੀ ਆਇਆ, ਅਲੇ ਬਾਪੂ ਕਈ ਹੋਰ ਮਰਨੇ ਆ। 8-9 ਦਿਨ ਹੋ ਗਏ ਸੜਕਾਂ ਜਾਮ ਹੋਈਆਂ ਨੂੰ, ਥੱਲੇ ਤੱਕ ਸਾਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ। ਇਨਸਾਫ਼ ਦੇਣਾ ਕਿੰਨੇ ਆ? ਇਨਸਾਫ਼ ਜਦੋਂ ਨਾ ਮਿਲਣ, ਹੱਕ ਨਾ ਮਿਲੇ ਤਾਂ ਹੱਕ ਖੋਣਾ ਪੈਂਦਾ। ਸ਼ਹੀਦ ਊਧਮ ਸਿੰਘ ਨੇ ਜਰਨਲ ਡਵੈਰ ਨੂੰ ਇੰਗਲੈਂਡ ਵਿੱਚ ਜਾ ਕੇ ਮਾਰਿਆ ਸੀ ਅਤੇ ਚੜ੍ਹੀ ਭਾਜੀ ਲਾ ਤੀ ਸਿਰ ਤੋਂ। ਇੰਗਲੈਂਡ ਵਿੱਚ ਜਾ ਕੇ ਅਗਲਾ ਨੌਕਰੀ ਵੀ ਕਰ ਸਕਦਾ ਸੀ, ਪਾਸਪੋਰਟ ਵੀ ਲੈ ਸਕਦਾ ਸੀ। ਉਸ ਟਾਈਮ ਕਦੋਂ ਦੀਆਂ ਗੱਲਾਂ, ਕਿੰਨਾ ਅਮੀਰ ਹੋ ਸਕਦਾ ਸੀ। ਅਤੇ ਅੱਜ ਉਹਦੇ ਪੁੱਤ ਪੋਤੀਆਂ ਪੰਜਾਬ ਦੇ ਵਿੱਚ ਦਿਹਾੜੀਆਂ ਕਰਨ ਡੇ ਆ, ਕਿੰਨੀਆਂ ਕਿੰਨਾਂ ਨੂੰ ਨੌਕਰੀਆਂ ਮਿਲ ਗਈਆਂ, ਹੈਂ ਕਿੰਨੀਆਂ ਕਿੰਨਾਂ ਨੂੰ ਨੌਕਰੀਆਂ ਮਿਲ ਗਈਆਂ। ਮੈਂ ਵੀ ਕਿਸਾਨ ਦਾ ਪੁੱਤ, ਮੈਂ ਹਿੱਕ ਤਾਣ ਕੇ ਕਹਿੰਦਾ, ਪਰ ਅਸੀਂ ਗਰੀਬੀ ਦੇ ਸਤਾਏ ਵੀਰਿਓ ਇੱਥੋਂ ਆਏ ਹਾਂ, ਗਰੀਬੀ ਦੇ ਸਤਾਏ ਆਏ ਹਾਂ। ਸਾਡਾ ਕੋਈ ਸੁਪਨਾ ਨਹੀਂ ਸੀਗਾ। ਮੈਂ ਜਦੋਂ ਮੇਰਾ ਪਿਓ ਮਰਿਆ ਸੀ ਨਾ, ਮੈਂ ਉਦਨ ਵੀ ਸਪੇਨ ਦੇ ਸਮੁੰਦਰ ਦੇ ਉੱਤੇ ਬੀਚ ਦੇ ਉੱਤੇ ਡੋਨਰ 'ਤੇ ਕੰਮ ਕਰਨ ਡਿਆ, ਮੀਟ ਵੱਢਣ ਡਿਆ ਸੀਗਾ। ਮੈਨੂੰ ਦਿਹਾੜੀ ਪੂਰੀ ਕਰਨੀ ਕਰਕੇ ਰਾਤ ਟਿਕਟ ਲੈ ਕੇ ਰੋਂਦਾ ਮੈਂ ਸਵਿਟਜ਼ਰਲੈਂਡ ਤੋਂ ਇੰਡੀਆ ਆਇਆ ਸੀਗਾ। ਉਹ ਪਈ ਲਾਸ਼ ਮੇਰੇ ਕਿਸਾਨ ਜੀ ਦੇ ਮਰੇ ਪਿਓ ਦੀ। ਅੱਜ ਸਾਰੀ ਖੇਤੀਬਾੜੀ ਫੇਲ ਹੋਈ ਤਾਂ ਅਸੀਂ 3 ਭਰਾ ਆਪਣਾ ਦੇਸ਼ ਹੀ ਛੱਡ ਕੇ ਆ ਗਏ ਹਾਂ, ਅਤੇ ਅਸੀਂ ਇੱਕ ਮਰਲਾ ਵੀ ਜ਼ਮੀਨ ਲੈਣ ਨੂੰ ਪੰਜਾਬ ਦੇ ਵਿੱਚ ਤਿਆਰ ਨਹੀਂ ਹਾਂ, ਵੀ ਅਗਲਾ ਕਾਨੂੰਨ ਆਉਣਾ ਕਿਹੜਾ ਵਾ, ਇੰਨਾ ਡਰੇ ਬੈਠੇ ਹਾਂ। ਜੋ ਕੁਝ ਕਰਾਂਗੇ ਆਹ ਵੇਖੋ, ਆਸਟਰੀਆ ਜਿੰਦਾਬਾਦ ਆ, ਇੱਥੇ ਜੀਵਾਂਗੇ ਅਤੇ ਇੱਥੇ ਮਰਾਂਗੇ ਅਤੇ ਆਪਣੇ ਪੁੱਤ ਪੋਤੀਆਂ ਇੱਥੇ ਪੜ੍ਹਾਵਾਂਗੇ। ਇਸ ਦੇਸ਼ ਨੇ ਤਰੱਕੀ ਕਿੰਨੀ ਕੀਤੀ ਆ ਦੇਖੋ, ਕੀ ਇਹਨਾਂ ਕੋਲ ਆ? ਇਸ ਦੇਸ਼ ਨੇ ਧਰਤੀ ਦੀ ਹਿੱਕ ਖੋਲ੍ਹ ਖੋਲ੍ਹ ਕੇ ਟ੍ਰੇਨਾਂ ਬਣਾਤੀਆਂ, ਬੱਸਾਂ ਬਣਾਤੀਆਂ, ਯੂਨੀਵਰਸਿਟੀਆਂ ਬਣਾਤੀਆਂ, ਕਾਰਖਾਨੇ ਬਣਾਤੇ, ਜੂਰੋ ਦਾ ਰੇਟ ਚੱਕਤਾ। ਬੰਦਾ 65 ਸਾਲ ਕੰਮ ਕਰ ਲਏ ਨਾ, 60 ਸਾਲ, ਅਤੇ ਸਾਰੀ ਉਮਰ ਵਿਹਲਾ ਬਹਿ ਕੇ ਖਾਣ ਨੂੰ ਮਿਲਦੀ ਆ। ਅਤੇ ਮੇਰੇ ਪੰਜਾਬ ਵਿੱਚ ਕੀ ਕਿੰਨੀਆਂ ਕੁ ਪੈਨਸ਼ਨਾਂ, ਇਹ ਕਰੋਨੇ ਵਾਲਿਆਂ ਨੂੰ ਡਾਕਟਰ ਮਾਰੀ ਜਾਂਦੇ, ਪੁਲਿਸ ਵਾਲੇ ਰਿਸ਼ਵਤ ਲਈ ਜਾਂਦੇ ਆ, ਹੈਂ ਮੰਦਰਾਂ ਵਾਲੇ ਬਲਾਤਕਾਰ ਕਰੀ ਜਾਂਦੇ ਆ, ਹਰ ਬੰਨੇ ਪੈਸੇ ਨੇ ਬੇੜਾ ਗਰਕ ਕਰਤਾ। ਸਾਡਾ ਪੰਜਾਬ, ਸਾਡਾ ਰੁਪਈਆ ਸਾਰਾ ਜ਼ੀਰੋ ਹੋ ਚੁੱਕਾ ਵਾ। ਅੱਗੇ ਇਸ ਦੇਸ਼ ਦੇ ਮੈਂ ਗੱਲ ਕਰਨੀ ਚਾਹੁੰਦਾ, 3 ਸ਼ਲਿੰਗਾਂ ਦੇ 1 ਰੁਪਈਆ ਬਣਦਾ ਹੁੰਦਾ ਸੀ ਸਾਡਾ, 3 ਸ਼ਲਿੰਗਾਂ ਦਾ 1 ਰੁਪਈਆ। ਅਤੇ ਅੱਜ ਵੀ ਕਈ ਕੰਟਰੀਆਂ ਹੈਗੀਆਂ ਜਿਹੜੀਆਂ ਸਾਡੇ ਦੇਸ਼ ਨਾਲੋਂ ਗਰੀਬ ਸੀਗੀਆਂ। ਅੱਜ ਇਹਨਾਂ ਨੇ ਇੰਨੀ ਤਰੱਕੀ ਕੀਤੀ, ਰੋਮਾਨੀਆ, ਬਲਗਾਰੀਆ, ਹੰਗਰੀ, ਹੈਂ ਸਪੇਨ ਵਰਗੇ ਪਸੀਤੇ ਚੱਲਦੇ ਹੁੰਦੇ ਸੀ, ਇਟਲੀ 'ਚ ਲੀਰੇ ਚੱਲਦੇ ਹੁੰਦੇ ਸੀਗੇ, ਇੱਥੇ ਆਸਟ੍ਰੇਲੀਆ 'ਚ ਸਲਿੰਗ ਚੱਲਦੇ ਹੁੰਦੇ ਸੀਗੇ, ਜਰਮਨ ਦੇ ਵਿੱਚ ਮਾਰਕ ਚੱਲਦੇ ਹੁੰਦੇ ਸੀਗੇ, ਹੈਂ ਉਹ ਸਾਰੇ ਆਪਣੀ ਕਰੰਸੀ ਛੱਡ ਕੇ ਯੂਰੋ ਵਿੱਚ ਆ ਗਏ। ਬਾਬਿਓ ਐਸੀ ਤਰੱਕੀ ਕੀਤੀ, ਇੱਕ ਦੇਸ਼ ਗਰੀਬ ਨਹੀਂ ਰਿਹਾ। ਅਤੇ ਅੱਜ ਸਾਡੇ ਮੁੰਡੇ
ਨਕਲੀ ਡਾਕੂਮੈਂਟ ਲਾ ਲਾ ਕੇ ਔਖੇ ਸੌਖੇ ਵਿਆਹ ਕਰਾ ਕੇ ਪੇਪਰ ਬਣਾ ਕੇ ਇਹਨਾਂ ਦੇਸ਼ਾਂ ਵਿੱਚ ਸੈੱਟ ਹੋਣ ਨੂੰ ਫਿਰਦੇ ਆ ਅਤੇ ਜੇਲ੍ਹਾਂ ਵਿੱਚ ਕਈ ਡੱਕੇ ਬੈਠੇ ਆ, ਕਈ ਡੌਂਕੀਆਂ ਵਿੱਚ ਮਰ ਗਏ। ਜਦੋਂ ਡੌਂਕੀ ਤੁਰ ਗਈ ਇੱਥੋਂ ਰਸ਼ੀਆ ਦੀ ਮੁੱਕੇ ਚੌਂਕ ਦੀ, ਪਤਾ ਨਹੀਂ ਕਿੱਥੋਂ ਕਿੱਥੋਂ ਮੁੰਡੇ ਦੱਸਦੇ ਵੀ ਕਿੱਦਾਂ ਕਿੱਦਾਂ ਮਰ ਮਰ ਕੇ ਆਪਣਾ ਦੋਹਰਾ ਜਨਮ ਲੈ ਕੇ ਇੱਥੇ ਦੇਸ਼ਾਂ ਵਿੱਚ ਪਹੁੰਚਦੇ ਆ। ਉਹ ਕਾਹਤੋਂ ਪਹੁੰਚਦੇ ਆ? ਕੋਈ ਮਰਨਾ ਚ ਹੁਣ ਮਰਨ ਦਾ ਟਾਈਮ ਆ, ਹੁਣ ਮਰਨ ਦਾ ਟਾਈਮ ਆ। ਉਹ ਕਾਹਤੋਂ ਪਹੁੰਚਦੇ ਆ? ਚੰਗੇ ਭਵਿੱਖ ਵਾਸਤੇ, ਭਵਿੱਖ ਤਾਂ ਸਾਡਾ ਖਤਮ ਹੋਣ ਜਾ ਰਿਹਾ। ਇਹ ਗੱਲਾਂ ਇੱਥੇ ਬੈਠਿਆਂ ਤੁਹਾਨੂੰ ਕੌਣ ਦੱਸੂਗਾ? ਆ ਸੋਸ਼ਲ ਮੀਡੀਆ ਨੂੰ ਦੱਬ ਕੇ ਸ਼ੇਅਰ ਕਰੋ ਕਿ ਦੇਖੋ ਇੱਥੇ ਕਿੰਨੀਆਂ ਸੁੱਖ ਸਹੂਲਤਾਂ ਵਾਂ। ਜੇ ਮੈਂ ਅੱਜ ਇੱਥੇ ਮੈਨੂੰ ਟੈਗ ਹੋ ਜਾਂਦਾ, ਜੇ ਮੈਂ ਇਹ ਪਾਰਕ ਵਿੱਚ ਡਿੱਗ ਪੈਂਦਾ ਨਾ, ਤਾਂ ਮੈਨੂੰ ਪੱਕਾ ਪਤਾ ਕਿ ਮੈਨੂੰ 5 ਮਿੰਟਾਂ ਬਾਅਦ ਇੱਥੇ ਹੈਲੀਕਾਪਟਰ ਲੈਣ ਆਏਗਾ, ਜਾਂ ਮੈਨੂੰ ਇੱਥੇ ਐਂਬੂਲੈਂਸ ਲੈਣ ਆਊਗੀ, ਜਾਂ ਪੁਲਿਸ ਮੈਨੂੰ ਗੱਡੀ ਚੱਕਣ ਆਊਗੀ। ਅਤੇ ਸਾਡੇ ਜਿਹੜਾ ਇੱਕ ਵਾਰੀ ਹਸਪਤਾਲ ਵਿੱਚ ਚਲ ਗਿਆ, ਉਹ ਤਾਂ ਪੋਜ਼ੀਟਿਵ ਹੀ ਆਉਣਾ, ਉਹਦੀ ਤਾਂ ਫਿਰ ਫੱਟੇ 'ਤੇ ਲਾਸ਼ ਪਈ ਆਉਣੀ ਆ। ਮਹਿੰਦਰ ਸਿੰਘ ਪੰਧੇਰ, ਫਿਰ ਮੈਂ ਅੱਜ ਗੱਲ ਕਰਨ ਜਾ ਰਿਹਾ, ਜਿਹਨੇ 200 ਤੋਂ ਵੱਧ ਬੱਚਾ ਮਾਰਿਆ, ਕਿਡਨੀਆਂ ਵੇਚੀਆਂ ਸੀਗੀਆਂ, ਉਹ ਸੱਚ ਕਿ ਝੂਠ ਆ? ਯੂਟਿਊਬ 'ਤੇ ਚੈੱਕ ਕਰਕੇ ਵੇਖ ਲਿਓ। ਬੇੜਾ ਗਰਕ ਕਰਕੇ ਰੱਖਤਾ ਪ੍ਰਾਈਵੇਟ ਡਾਕਟਰਾਂ ਨੇ, ਪ੍ਰਾਈਵੇਟ ਸਕੂਲਾਂ ਨੇ। ਅਜੇ ਤੁਸੀਂ ਲੁਧਿਆਣੇ ਨੂੰ ਰੋਂਦੇ ਨਾ, ਲੁਧਿਆਣੇ ਵਿੱਚ ਫੈਕਟਰੀਆਂ ਬਣੀਆਂ, ਸਾਡਾ ਪਾਣੀ ਗੰਦਾ ਹੋ ਗਿਆ। ਤੁਹਾਡੇ ਦੇਸ਼ ਵਿੱਚ, ਤੁਹਾਡੇ ਪੰਜਾਬ ਵਿੱਚ ਨਾ ਇਹੋ ਜਿਹੇ ਜ਼ਹਿਰੀਲੇ ਫੈਕਟਰੀਆਂ ਆ ਰਹੀਆਂ, ਤੁਹਾਨੂੰ ਕੈਂਸਰਾਂ ਹੋਣੀਆਂ, ਤੁਹਾਨੂੰ ਇਹੋ ਜਿਹੇ ਚਮੜੀ ਦੇ ਰੋਗ ਹੋਣੇ ਆ, ਕਿਉਂ ਇਹਨਾਂ ਦੀਆਂ ਸਟੇਟਾਂ ਵਿਹਲੀਆਂ ਪਈਆਂ ਵਾ। ਉਹ ਰਾਜਸਥਾਨ 'ਚ ਲਾ ਲਓ ਜਾਂ ਹੋਰ ਇੰਨੀਆਂ ਸਟੇਟਾਂ ਵਿਹਲੀਆਂ ਪਈਆਂ, ਉੱਥੇ ਤੁਸੀਂ ਫੈਕਟਰੀਆਂ ਲਾ ਲਓ। ਪੰਜਾਬ ਹੀ ਕਿਉਂ ਚੁਣਿਆ? ਅਸੀਂ ਟੋਏ ਟਿੱਬੇ ਪੱਧਰੇ ਕਰਕੇ ਆਪਣੇ ਹਲਾਂ ਦੇ ਨਾਲ ਵਾਹ ਵਾਹ ਕੇ, ਹੁਣ ਟਰੈਕਟਰ ਆਏ ਆ। ਮੈਂ ਕਹਿੰਦਾ ਵੀ ਮੇਰੀ ਹੋਸ਼ ਤੋਂ ਪਹਿਲਾਂ ਅਸੀਂ ਇੰਨੇ ਕੁ ਔਖੀਆਂ ਕਣਕਾਂ ਝੋਨੇ ਉਹ ਕਰਦੇ ਰਹੇ ਹਾਂ, ਤਾਂ ਹੁਣ ਤਾਂ ਇਹੋ ਜਿਹੇ ਜ਼ਿਮੀਦਾਰਾਂ ਕੋਲ ਕਿਸਾਨ ਆ ਗਿਆ, ਮੇਰੇ ਖੁਦ ਘਰ ਦੇ ਵਿੱਚ ਹੱਲਾਂ ਨਹੀਂ ਰਹਿ ਗਈਆਂ, ਦੂਜੀ ਤੂੜੀ ਬਣਾਉਣ ਵਾਲੀ ਮਸ਼ੀਨ ਨਹੀਂ ਰਹਿ ਗਈ, ਇਹੋ ਜਿਹੇ ਮਸ਼ੀਨਰੀ ਯੁੱਗ ਆ ਗਿਆ। ਅਤੇ ਜਦੋਂ ਸਾਰਾ ਕੁਝ ਸੁੱਖ ਲੈਣ ਦਾ ਟਾਈਮ ਆਇਆ, ਤਾਂ ਸਾਡੇ ਗਲਾਂ ਦੇ ਵਿੱਚ ਰੱਸੇ ਪਾਉਣਗੇ, ਸਾਡੇ ਹੱਕ ਖੋਣ ਲੱਗੇ, ਅਸੀਂ ਪੰਜਾਬ ਨੂੰ ਛੱਡ ਕੇ ਜਾਵਾਂਗੇ ਕਿੱਥੇ? ਜਾਂ ਫਿਰ ਇੱਕੋ ਰਸਤਾ ਵੀ ਆਪਣੇ ਆਪ ਨੂੰ, ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਈਏ, ਜਾਂ ਫਿਰ ਫਾਂਸੀਆਂ ਲੈ ਲਈਏ ਇਸ ਮਰਨ ਨਾਲੋਂ, ਹੈ ਨਾ। ਕਹਿੰਦੇ ਘਮਦਿਲਿਆਂ ਨਾਲੋਂ ਨਾ ਇੱਕ ਦਿਨ ਦੀ ਮੌਤ ਚੰਗੀ ਆ, ਉਹ ਫਿਰ ਮੌਤ ਇਹੋ ਹੀ ਆ। ਬਹਿ ਜਾਓ ਸੜਕਾਂ 'ਤੇ, ਕਰੋ ਵਿਰੋਧ, ਵਿਰੋਧ ਉਦੋਂ ਤੱਕ ਕਰੋ ਜਦ ਤੱਕ ਸਾਨੂੰ ਸਾਡਾ ਹੱਕ ਨਹੀਂ ਮਿਲਦਾ। ਹੁਣ ਮੋਦੀ ਸਾਹਿਬ ਕਦੇ ਖੁਦ ਕਣਕਾਂ ਵਿੱਚ ਗਿਆ ਹੋਵੇ, ਝੋਨਿਆਂ ਵਿੱਚ ਗਿਆ ਹੋਵੇ? ਇਹਨੇ ਪਹਿਲੇ ਦਿਨ ਜਦੋਂ ਮੋਦੀ ਬਣਿਆ ਸੀਗਾ, ਪ੍ਰਧਾਨ ਜੋ ਵੀ ਐਮ ਐਲ ਏ ਕੀ ਇਹਨੂੰ ਕਹਿੰਦੇ ਆ, ਮੈਨੂੰ ਨਹੀਂ ਪਤਾ, ਜੋ ਵੀ ਇਹ ਬਣਿਆ, ਪਹਿਲੇ ਦਿਨ ਸਹੁੰ ਖਾਧੀ 2,000 ਰੁਪਏ ਨੂੰ। ਮੈਂ ਆਪ ਸਭੀ ਕਿਸਾਨੋਂ ਕਾ ਕਰਜ਼ਾ ਮਾਫ਼ ਕਰਨੇ ਜਾ ਰਹਾ ਹੂੰ, ਕਰਜ਼ਾ ਡਬਲ ਚੜ੍ਹ ਗਿਆ। ਜਿੰਨਾਂ ਮਾਈਆਂ ਨੇ, ਜਿੰਨਾਂ ਪੁਰਾਣਿਆਂ ਬਜ਼ੁਰਗਾਂ ਨੇ ਥੋੜ੍ਹੀ ਬਹੁਤੀ ਮਿਹਨਤ ਕਰਕੇ ਨੋਟ ਰੱਖੇ ਸੀਗੇ, ਉਹ ਵੀ ਨੋਟ ਸਾਰੇ ਰੱਦੀ ਦੇ ਭਾ ਗਏ। ਅਤੇ ਜਿਹੜੇ ਅੱਜ ਸ਼ਹਿਰਾਂ ਦੇ ਵਿੱਚ ਕੱਪੜੇ ਦੀਆਂ ਦੁਕਾਨਾਂ, ਮਨਿਆਰੀ ਦੀਆਂ ਦੁਕਾਨਾਂ ਖੋਲ੍ਹ ਕੇ ਬੈਠੇ, ਜਿਨ੍ਹਾਂ 'ਤੇ GST ਲੱਗੀ ਆ, GTS ਜੋ ਵੀ ਹੈਗਾ, ਉਹਨਾਂ ਨੇ ਉਹਨੂੰ ਵੀ ਕੱਟ ਕੇ, ਆਪਣਾ ਵੀ ਵਿੱਚੋਂ ਕੱਢ ਕੇ, ਦਸਵੰਧ ਜਿਹਨੂੰ ਕਹਿੰਦੇ ਆ, ਹਿੱਸਾ ਕੱਢ ਕੇ 5ਵੇਂ ਥਾਂ ਜਾ ਕੇ ਸਾਨੂੰ ਇੱਕ ਚੀਜ਼ ਮਿਲਦੀ ਆ। ਅਤੇ ਵੇਖੋ ਵੀ ਮਹਿੰਗਾਈ ਹੋਈ ਕਿੱਦਾਂ, ਸਾਡੀ ਤਾਂ ਤਨਖਾਹ, ਸਾਡੇ ਤਾਂ ਝੋਨ ਕਣਕ ਝੋਨੇ ਉਸੇ ਰੇਟ 'ਤੇ ਰਹੇ ਨਾ, ਅਗਲਿਆਂ ਨੇ ਪੂਰੇ ਪੈਸੇ ਲੈ ਲਏ। ਸਰਕਾਰੀ ਨੌਕਰੀਆਂ ਦੇ ਰੇਟ ਵੱਧ ਗਏ, ਅਫਸਰਾਂ ਦੇ ਰੇਟ ਵੱਧ ਗਏ, ਇਹਨਾਂ ਦੇ ਸਰਕਾਰੀ ਭੱਤੇ ਵੱਧ ਗਏ, MLA MPਆਂ ਦੇ, ਇਹਨਾਂ ਨੂੰ ਲੈਗਜ਼ਰੀ ਗੱਡੀਆਂ ਮਿਲ ਗਈਆਂ, ਹੈ ਨਾ। ਜਿੱਥੇ ਮਰਜ਼ੀ ਪੁਲ ਬਣਾਉਂਦੇ ਆ, ਕੋਈ ਸਰਕਾਰੀ ਚੀਜ਼ ਬਣਾਉਂਦੇ ਆ, ਅੱਧੋ ਅੱਧੀ ਦਾ ਕੰਮ ਚੱਲਦਾ, ਕਿਸੇ ਪੁਲ ਦੇ ਵਿੱਚ ਕੋਈ ਰੇਤ ਨਹੀਂ, ਕੋਈ ਬਜਰੀ ਨਹੀਂ, ਉਹ ਢਹਿ ਪੈਂਦਾ, 1-2 ਸਾਲ ਬਾਅਦ ਮੁੜ ਕੇ 40-50 ਬੰਦੇ ਮਰ ਜਾਂਦੇ ਨੇ, ਫਿਰ ਰੋਣ ਨੂੰ ਉੱਥੇ ਆ ਜਾਂਦੇ ਆ। ਇਹ ਵੀਰੋ ਮੇਰੇ ਇਕੱਲੇ ਦਾ ਦੁੱਖ ਨਹੀਂ, ਮੈਂ ਪੰਜਾਬ ਛੱਡਿਆ, ਮੈਂ ਤਾਂ ਯਾਦ ਹਾਂ, ਪਰ ਦੁੱਖ ਆ ਇਸ ਗੱਲ ਦਾ, ਦੁੱਖ ਆ ਇਸ ਗੱਲ ਦਾ, ਅਸੀਂ ਉਸ ਪੰਜਾਬ ਨੂੰ ਛੱਡ ਕੇ ਆਏ ਹਾਂ। ਮੇਰਾ ਕੀ ਆ, ਮੈਂ 10 ਸਾਲਾਂ ਇੰਡੀਆ ਆਊਂਗਾ, 20 ਸਾਲਾਂ ਆਊਂਗਾ, ਮੇਰੇ ਯੂਰੋ ਬਣ ਡੇ ਆ, ਮੇਰੀ ਕਮਾਈ ਚੱਲਣ ਡੀ ਆ, ਪਰ ਮੇਰੀ ਇਕੱਲੇ ਦੀ ਨਹੀਂ ਗੱਲ, ਗੱਲ ਸਾਰੇ ਪੰਜਾਬ ਦੀ ਆ ਦੋਸਤੋ। ਹੁਣ ਕਹਿ ਦਿਓ ਫਿਰ ਤੂੰ ਮਸ਼ਹੂਰ ਹੋਣ ਨੂੰ ਇੱਕ ਤਾਂ ਹੱਥ ਮਾਰਨ ਡਿਆ। ਇਹ ਗੱਲਾਂ ਉਦੋਂ ਸਮਝ ਆਉਣਗੀਆਂ ਜਦੋਂ ਤੁਸੀਂ ਅੱਜ 70% ਮੁੰਡੇ ਨਾ ਪੁੱਛਦੇ ਵੀਰ ਕਿਹੜੀ ਕੰਟਰੀ ਸਹੀ ਆ, ਕਿੱਥੇ ਯੂਰੋ ਵਧੀਆ ਬਣਦਾ, ਡਾਲਰ ਦਾ ਕੀ ਰੇਟ ਆ, ਪਾਉਂਡ ਦਾ ਕੀ ਰੇਟ ਆ, ਦਰਾਮ ਦਾ ਕੀ ਰੇਟ ਆ, ਰਿਆਲ ਦਾ ਕੀ ਰੇਟ ਆ, ਕਰੋਨੇ ਦਾ ਕੀ ਰੇਟ ਆ? ਇਹ ਕਿਉਂ ਪੁੱਛਦੇ ਨੇ? ਤੁਸੀਂ ਕਦੀ ਪੁੱਛਿਆ ਵੀ ਤੁਹਾਡੇ ਰੁਪਈਏ ਦਾ ਕੀ ਰੇਟ ਆ? ਉਹ ਤੁਸੀਂ ਗਰੀਬ ਹਾਂ, ਤੁਸੀਂ ਹੋਰ ਵੀ ਗਰੀਬ ਹੋਣਾ, ਗੁੱਸਾ ਨਾ ਕਰਿਓ ਇਹ ਗੱਲ ਦਾ। ਚੰਗੇ ਭਵਿੱਖਾਂ ਵਾਸਤੇ ਤੁਸੀਂ ਇਹਨਾਂ ਬਾਹਰਲੀਆਂ ਕੰਟਰੀਆਂ 'ਚ ਬਾਹਰ ਆਉਂਦੇ ਜੇ, ਅਤੇ ਜਦੋਂ ਇੱਥੇ ਅਸੀਂ ਵੇਹਨੇ ਨਾ ਗੋਰਿਆਂ ਨੂੰ, ਸਾਨੂੰ ਤਰਸ ਆਉਂਦਾ ਵੀ ਇਹ ਵੀ ਸਾਡੇ ਵਾਂਗੂ ਕੰਮ ਕਰਦੇ ਆ, ਘਰਾਂ 'ਚ ਕਿਰਾਇਆਂ 'ਤੇ ਰਹਿਣ ਡੇ ਆ, ਇਹਨਾਂ ਕੋਲ ਵੀ ਆਪਣਾ ਕਣਕ ਝੋਨਾ ਹੈ ਨਹੀਂ। ਜੇ ਇੱਥੋਂ ਦੀਆਂ ਸਰਕਾਰਾਂ ਕਿਤੇ ਮੰਨ ਲਓ ਕਿ ਇਹਨਾਂ ਨੂੰ ਇਹ ਸਹੂਲਤਾਂ ਦੇਣੀਆਂ ਬੰਦ ਕਰ ਦਿੰਦੇ, ਗੋਰੇ ਫਿਰ ਸਾਡੇ ਪੰਜਾਬ ਵਿੱਚ ਨੌਕਰੀ ਕਰਨ ਆਉਣਗੇ? ਗਲਫ ਦੀ ਕੰਟਰੀ ਵੇਖ ਲਓ ਕਿ ਉੱਥੋਂ ਦੇ ਸ਼ੇਖ, ਉੱਥੋਂ ਦੇ ਲੋਕ ਲੈਗਜ਼ਰੀ ਗੱਡੀਆਂ ਦੇ ਵਿੱਚ, ਚਿੱਟੇ ਕੱਪੜਿਆਂ ਦੇ ਵਿੱਚ,
ਉੱਥੇ ਕੋਈ ਵੀ ਸਰਕਾਰ ਨਹੀਂ ਆ, ਉੱਥੋਂ ਦਾ ਇੱਕ ਹੀ ਰਾਜਾ ਹੁੰਦਾ ਵਾ, ਉਹਦਾ ਹੀ ਰਾਜ ਚੱਲਦਾ, ਉਹੀ ਜਨਤਾ ਨੂੰ ਇੰਨਾ ਕੁ ਖੁਸ਼ ਰੱਖਦਾ। ਉਹ ਮੈਂ ਮਾਮਾ ਮੋਦੀ ਭਗਤ ਨਹੀਂ ਆ, ਦਫਾ ਹੋ ਤੂੰ ਵੀ, ਮੈਂ ਤੈਨੂੰ ਬਲੌਕ ਕਰਕੇ ਪਰਾਂ ਮਾਰਨਾ, ਤੂੰ ਵੀ ਮੋਦੀ ਭਗਤ ਨਹੀਂ ਆ। ਜੋ ਵੀ ਤੂੰ ਖੋਖਰ ਸਾਹਿਬ ਹੋਏਗਾ, ਆਪਣੇ ਘਰ ਹੋਏਗਾ, ਗੱਲ ਇੱਥੇ ਕਿਸਾਨੀ ਨਹੀਂ ਚੱਲਣੀ, ਸਾਡੇ ਬਜ਼ੁਰਗ ਮਰ ਗਏ, ਤੈਨੂੰ ਤੂੰ ਵੱਡਾ ਕਦੇ ਆ ਗਿਆ। ਮੈਂ ਮੋਦੀ ਦਾ ਮਾਮੇ ਦਾ ਮੁੰਡਾ ਨਹੀਂ, ਮੈਂ ਤਾਂ ਮੋਦੀ ਦੀ ਪਿੱਟ ਸਿਆਪਾ ਕਾਂਡਿਆ ਜਿਹਨੇ ਆਹ ਕਾਨੂੰਨ ਬਣਾ ਕੇ ਬੇੜਾ ਗਰਕ ਕੀਤਾ। ਉੱਥੇ ਦੇਖ ਲਓ ਤੁਸੀਂ, ਗਲਫ ਦੇ ਵਿੱਚ ਰਾਜਿਆਂ ਵਾਂਗੂ ਰਹਿੰਦੇ ਆ ਸਾਰੀ, ਉੱਥੇ ਪ੍ਰਜਾ ਖੁਸ਼ ਆ ਹੈਂ। ਤੇ ਉੱਥੇ ਗੋਰੇ ਵੀ ਨੌਕਰੀਆਂ, ਅੱਜ ਵੀ ਨੌਕਰੀਆਂ ਕਰਨ ਜਾਂਦੇ ਆ। ਜੇ ਕੋਈ ਮੇਰਾ ਭਰਾ ਗਲਫ ਵਿੱਚ ਬੈਠਾ ਤਾਂ ਇਹਨਾਂ ਨੂੰ ਕਮੈਂਟਾਂ ਵਿੱਚ ਦੱਸੋ ਵੀ ਵਾਕਿਆ ਹੀ ਉੱਥੇ ਗੋਰੇ ਗੋਰੀਆਂ ਦੁਬਈ ਵਿੱਚ ਗਲਫ ਵਿੱਚ ਕੰਮ ਕਰਨ ਆਉਂਦੇ, ਜਿੱਦਣ ਚੰਗੇ ਰਿਪੋਰਟ ਮਿਲਦੇ ਆ। ਅਤੇ ਪਹਿਲਾਂ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਹ ਸਾਰੇ ਉੱਥੇ ਆਉਂਦੇ ਰਹੇ ਆ। ਸੋ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਸਾਨ ਹਾਂ, ਕਿਸਾਨ ਦਾ ਪੁੱਤ ਹਾਂ, ਮੇਰੇ ਵਿੱਚ ਉਹ ਜਜ਼ਬਾ ਹੈਗਾ, ਮੈਨੂੰ ਦੁੱਖ ਆ ਉਹਨਾਂ ਕਿਸਾਨਾਂ ਦਾ। ਪਰ ਆ ਜਿਹੜੇ ਫੁੱਦੂ ਕਮੰਟ ਕਾਂਡੇ ਆ ਨਾ, ਤੁਹਾਡੀ ਅਕਲ ਦਾ ਨਸ਼ੋ। ਗੁਰਪਿਆਰੋ, ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜੋ ਵੀ ਸਿਆਸਤਦਾਨ ਬਣ ਜਾਂਦਾ ਹੈ, ਸਿਆਸੀ ਕੁਰਸੀ 'ਤੇ ਕਾਬਜ਼ ਹੋ ਜਾਂਦਾ ਹੈ, ਉਸ ਦੀ ਅੱਧੀ ਇਨਸਾਨੀਅਤ ਤਾਂ ਪਹਿਲਾਂ ਹੀ ਮਾਰੀ ਜਾਂਦੀ ਹੈ, ਅਤੇ ਬਾਕੀ ਬਚੀ ਹੋਈ ਇਨਸਾਨੀਅਤ ਸਿਰਫ ਨੋਟ ਇਕੱਠੇ ਕਰਨ ਤੱਕ ਜਾਂ ਰੁਤਬੇ ਦਾ ਮਾਣ ਮਾਨਣ ਤੱਕ ਰਹਿ ਜਾਂਦੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਆਪਣੇ ਆਪ ਨੂੰ ਵੱਡੇ ਤੀਸ ਮਾਰਖਾ ਕਹਾਉਣ ਵਾਲੇ ਘਾਇਲ ਘਾਤਕ ਜਿਹੀਆਂ ਫਿਲਮਾਂ ਵਿੱਚ ਆਪਣੇ ਆਪ ਨੂੰ ਇਨਸਾਫ਼ ਲਈ ਲੜਾਈ ਲੜਦੇ ਦਿਖਾਉਣ ਵਾਲੇ ਅਸਲ ਜ਼ਿੰਦਗੀ ਦੀ ਲੜਾਈ ਕਿੱਦਾਂ ਲੜਦੇ ਨੇ, ਲੜਦੇ ਵੀ ਨੇ ਜਾਂ ਨਹੀਂ, ਜਾਂ ਮੋਦੀ ਸਰਕਾਰ ਦੀ ਗੋਦੀ ਵਿੱਚ ਜਾ ਵੜਦੇ ਨੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।